ਆਪਾਂ ਗੁਰੂ ਨਾਨਕ ਦੇਵ ਜੀ ਬਾਰੇ ਗੱਲਾਂ ਕਰਨ ਲਈ ਇਕੱਤਰ ਹੋਏ ਹਾਂ। ਗੱਲਾਂ ਬਹੁਤੀਆਂ ਉਹਨਾਂ ਦੀਆਂ ਸਾਖੀਆਂ 'ਚ ਹੋਣਗੀਆਂ, ਲੇਕਿਨ ਨਾਲ ਕੁਛ ਹੋਰ ਯਾਦਾਂ ਵੀ ਨੇ, ਕੁਛ ਹੋਰ ਲੋਕਾਂ ਨੇ ਵੀ ਗੁਰੂ ਮਹਾਰਾਜ ਨੂੰ ਸਮਝਿਆ। ਜਿਹੜੀ ਚੀਜ਼ ਮੈਨੂੰ ਵਿਚਿੱਤਰ ਲੱਗਦੀ ਹੈ, ਤੁਹਾਨੂੰ ਵੀ ਲੱਗੇ ਸ਼ਾਇਦ ਇਹ ਗੱਲ ਸੁਣਨ ਤੋਂ ਬਾਅਦ, ਏਸ਼ੀਆ ਦਾ ਭ੍ਰਮਣ ਕੀਤਾ ਮਹਾਰਾਜ ਨੇ, 25,000 ਕਿਲੋਮੀਟਰ ਤੋਂ ਪਲੱਸ ਹੈ ਉਹਨਾਂ ਦਾ ਟੂਰ ਡਿਸਟੈਂਸ। ਜਿੱਥੇ ਕਿਤੇ ਮਹਾਰਾਜ ਗਏ, ਜਿਹਨਾਂ ਸੰਗਤਾਂ ਨੂੰ ਮਿਲੇ ਪਿੰਡ 'ਚ ਜਾਂ ਸ਼ਹਿਰ 'ਚ, ਜ਼ਿੰਦਗੀ 'ਚ ਪਹਿਲੀ ਵਾਰੀ ਮਿਲੇ ਅਤੇ ਜ਼ਿੰਦਗੀ 'ਚ ਆਖਰੀ ਵਾਰੀ ਮਿਲੇ, ਪਹਿਲੀ ਵਾਰੀ ਅਤੇ ਆਖਰੀ ਵਾਰੀ। ਤੋ ਜਿਹੜਾ ਸ਼ਖਸ ਆਪਾਂ ਨੂੰ ਪਹਿਲੀ ਵਾਰੀ ਮਿਲੇ ਅਤੇ ਆਖਰੀ ਵਾਰੀ ਮਿਲੇ, ਉਹ ਅਜਨਬੀ ਰਹਿੰਦਾ। ਪਰ ਇੰਨੀਆਂ ਯਾਤਰਾਵਾਂ ਪਿਛਲੇਰੇ 9 ਗੁਰੂ ਸਾਹਿਬਾਨ ਨਹੀਂ ਕਰ ਸਕੇ, ਤਾਂ ਵੀ 9ਵੇਂ ਪਾਤਸ਼ਾਹ ਆਸਾਮ ਅਤੇ ਬੰਗਾਲ ਤੱਕ ਗਏ ਸਨ। ਉਹਨਾਂ ਦਾ ਰੂਟ ਉਹ ਹੀ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੀ। ਪਿੰਡ 'ਚ ਸ਼ਹਿਰ 'ਚ ਜਦੋਂ ਦਾਖਲ ਹੁੰਦੇ, ਸੰਗਤ ਨੂੰ ਪਤਾ ਲੱਗਦਾ, ਸੰਗਤ ਦਰਸ਼ਨ ਕਰਨ ਆਉਂਦੀ, ਮੱਥਾ ਟੇਕ ਕੇ ਸੰਗਤਾਂ ਇਤਰਾਜ਼ ਇਹ ਕਰਦੀਆਂ, ਮਹਾਰਾਜ ਇੰਨੀ ਦੇਰ ਬਾਅਦ ਦੀਦਾਰ ਦਿੱਤੇ। 200 ਸਾਲ, 2 ਸਦੀਆਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਇਤਰਾਜ਼ ਪ੍ਰਗਟ ਕਰ ਰਹੇ ਨੇ, ਵਿਯੋਗ ਰਿਹਾ 2 ਸਦੀਆਂ, ਇਹਦਾ ਗਿਲਾ ਕਰ ਰਹੇ ਨੇ, ਉਸ ਗੁਰੂ ਨੂੰ ਯਾਦ ਕਰ ਰਹੇ ਨੇ ਜਿਹੜਾ ਪਹਿਲੀ ਵਾਰੀ ਅਤੇ ਆਖਰੀ ਵਾਰੀ 200 ਸਾਲ ਪਹਿਲਾਂ ਮਿਲਿਆ ਸੀ। ਅਜਿਹਾ ਕਿਵੇਂ ਹੋਇਆ, ਕਿਵੇਂ ਸੰਭਵ ਹੋ ਸਕਦਾ ਇਹ? ਸਾਖੀ ਦੇ ਵਿੱਚੋਂ ਇਹਦਾ ਉੱਤਰ ਮਿਲਿਆ ਮੈਨੂੰ। ਭਾਈ ਮਰਦਾਨਾ ਰਬਾਬੀ ਸਨ, ਆਪਾਂ ਨੂੰ ਪਤਾ, ਜਦੋਂ ਮਹਾਰਾਜ ਕੀਰਤਨ ਕਰਨ ਲੱਗਦੇ, ਭਾਈ ਮਰਦਾਨਾ ਜੀ ਸਾਥ ਦਿੰਦੇ ਬਾਣੀ ਦਾ, ਗਾਇਨ ਤਾਂ ਮਹਾਰਾਜ ਦੀ ਬਾਣੀ ਦਾ ਹੁੰਦਾ ਸੀ। ਇੱਕ ਦਿਨ ਭਾਈ ਮਰਦਾਨਾ ਜੀ ਨੇ ਆਪਣੇ ਕੋਲੋਂ ਕੁਛ ਪੰਕਤੀਆਂ ਕੰਪੋਜ਼ ਕੀਤੀਆਂ ਅਤੇ ਗਾਉਣ ਲੱਗ ਗਏ। ਉਹ ਬੋਲਨੇ, ਇੱਕੇ ਤਾਂ ਪੁੱਤਰ ਕਾਲੂਆਣ, ਜਿਨ ਸ੍ਰੀ ਫੁਨ ਤਿਸ ਹੀ ਗੋਈ, ਮੈਂ ਤਾਂ ਕਲਿਆਣ ਰਾਜ ਦਾ ਬੇਟਾ ਇੱਕ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਉਹ ਸ੍ਰਿਸ਼ਟੀ ਦੀ ਰਚਨਾ ਦਾ ਪੇੜਾ ਆਪਣੇ ਹੱਥਾਂ 'ਚ ਲੈ ਕੇ ਦੁਬਾਰਾ ਗੁੰਨਣ ਲੱਗ ਗਿਆ। ਇੱਕੇ ਤਾਂ ਪੁੱਤਰ ਕਾਲੂਆਣ, ਜਿਹਨੇ ਸਿਰਜੀ ਸੀ ਤਿਸ ਫੁਨ ਹੀ ਗੋਈ, ਫਿਰ ਉਹਨੂੰ ਗੁੰਨਣ ਲੱਗ ਗਏ ਦੁਬਾਰਾ। ਬਾਬੇ ਕਹਿਆ, ਭਾਈ ਮੈਂ ਤਾਂ ਤੇਰੇ ਤਲਵੰਡੀ ਪਿੰਡ ਬੇਦੀਆਂ ਦਾ ਅਵਾਰਾ ਛੋਕਰਾ ਹਾਂ, ਜਿਸ ਦੀ ਕਿਤੇ ਸੁਣਵਾਈ ਨਹੀਂ, ਪਰਮੇਸ਼ਰ ਦਾ ਨਾਮ ਲੈ। ਭਾਈ ਮਰਦਾਨਾ ਜੀ ਹਟੇ ਨਹੀਂ, ਇੱਕੇ ਤਾਂ ਪੁੱਤਰ ਕਾਲੂਆਣ, ਜਿਨ ਸ੍ਰੀ ਫੁਨ ਤਿਸ ਹੀ ਗੋਈ, ਤੁਧ ਜੇਵੜ ਪਰਮੇਸ਼ਰ ਹੋਏ ਤਾਂ ਹੋਈ। ਬਾਬੇ ਕਹਿਆ, ਬਸ ਭਾਈ ਬਸ, ਇਦੋਂ ਅੱਗੇ ਨਹੀਂ ਚਲਾਵਣਾ ਹੋਰ ਅੱਖਰ ਕੋਈ। ਕਿਆ ਬਾਤ ਹੈ, ਕਦੀ ਸੁਣਿਆ ਇਹ ਬੋਲ? ਤੀਰ ਚੱਲਦਾ, ਤਲਵਾਰ ਚੱਲਦੀ, ਤੋਪ ਚੱਲਦੀ, ਗੋਲੀ ਚੱਲਦੀ ਸੁਣੀ, ਅੱਖਰ ਚੱਲਦਾ ਸੁਣਿਆ ਕਦੇ? ਜਨਮ ਸਾਖੀਕਾਰ ਦਾ ਬੋਲ ਇਹ, ਬਸ ਭਾਈ ਬਸ, ਇਦੋਂ ਅੱਗੇ ਨਹੀਂ ਚਲਾਵਣਾ ਹੋਰ ਅੱਖਰ ਕੋਈ। 2 ਸਦੀਆਂ ਤੱਕ ਉਹਨਾਂ ਦੀ ਯਾਦ ਮਨੁੱਖਤਾ ਦੇ ਦਿਲਾਂ ਦੇ ਵਿੱਚ ਇਸੇ ਕਰਕੇ ਬਣੀ ਰਹੀ ਕਿ ਅੱਖਰ ਕਹੇ ਜਾਂ ਲਿਖੇ ਨਹੀਂ, ਕੇਵਲ ਚਲਾਏ ਸਨ। ਕਿਹਨਾਂ ਕਿਹਨਾਂ ਲੋਕਾਂ ਨੇ ਕਿਵੇਂ ਕਿਵੇਂ ਸਮਝਿਆ ਮਹਾਰਾਜ ਨੂੰ, ਕਿਵੇਂ ਕਿਵੇਂ ਯਾਦਾਂ ਸੰਭਾਲ ਕੇ ਰੱਖੀਆਂ, 2-3 ਐਗਜ਼ਾਮਪਲਾਂ ਦਿਆਂਗਾ, ਫਿਰ ਸਾਖੀਆਂ ਦੇ ਵਿੱਚੋਂ ਕੁਛ ਪ੍ਰਮਾਣ। ਸਭ ਤੋਂ ਪਹਿਲੀ ਉਦਾਹਰਣ ਮਧੂਬਾਲਾ ਦੀ। ਐੱਸ ਮਹਿੰਦਰ ਫਿਲਮਾਂ ਦੇ ਸੰਗੀਤਕਾਰ ਹੁੰਦੇ ਸੀ, 3 ਸਾਲ ਪਹਿਲਾਂ ਸੰਸਾਰ 'ਚੋਂ ਵਿਦਾ ਹੋ ਗਏ। ਨਾਂ ਉਹਨਾਂ ਦਾ ਮਹਿੰਦਰ ਸਿੰਘ ਸੀ, 100 ਫਿਲਮਾਂ 'ਚ ਸੰਗੀਤ ਦਿੱਤਾ। ਜਦੋਂ ਮਹਾਰਾਜ ਦੀ 500 ਸਾਲਾ ਸ਼ਤਾਬਦੀ ਮਨਾਈ ਸੀ ਨਾ, ਉਹਨਾਂ ਨੇ ਨਾਨਕ ਨਾਮ ਜਹਾਜ਼ ਹੈ ਫਿਲਮ ਨੂੰ ਸੰਗੀਤ ਦਿੱਤਾ ਸੀ। ਪੰਨਾ ਲਾਲ ਮਹੇਸ਼ਵਰੀ ਨੇ ਫਿਲਮ ਬਣਾਈ ਸੀ, ਮੈਂ ਉਦੋਂ 12ਵੀਂ ਜਮਾਤ 'ਚ ਪੜ੍ਹਦਾ ਸੀ, ਅਸੀਂ ਇਹ ਫਿਲਮ ਦੇਖੀ ਅਤੇ ਇਹ ਫਿਲਮ ਅੱਜ ਵੀ ਦੇਖਣ ਯੋਗ ਹੈ। ਜੇ ਕਿਤੇ ਪੰਜਾਬੀ ਮਾਹੌਲ, ਸਿੱਖ ਮਾਹੌਲ ਦੇਖਣਾ ਹੋਵੇ, ਬੜੀਆਂ ਗੁਰਬਾਣੀ ਦੀਆਂ ਪੰਕਤੀਆਂ ਦੇ ਨਾਂ 'ਤੇ, ਸਿੱਖੀ ਦੇ ਨਾਂ 'ਤੇ ਬੜੀਆਂ ਫਿਲਮਾਂ ਬਣੀਆਂ ਨੇ, ਨਾਨਕ ਨਾਮ ਜਹਾਜ਼ ਵਰਗੀ ਫਿਲਮ ਨਹੀਂ ਬਣੀ, ਤੁਹਾਡੇ ਦੇਖਣ ਯੋਗ ਹੈ। ਤਾਂ ਐੱਸ ਮਹਿੰਦਰ ਨੇ ਇਹਦੇ 'ਚ ਸੰਗੀਤ ਦਿੱਤਾ ਸੀ। ਐੱਸ ਮਹਿੰਦਰ ਆਪਣੀ ਇੱਕ ਯਾਦ 'ਚ ਲਿਖਦੇ ਨੇ ਕਿ ਮਧੂਬਾਲਾ ਨਾਲ ਕੰਮ ਕਰਨ ਦਾ ਅਕਸਰ ਮੌਕਾ ਮਿਲਦਾ, ਚਾਹੇ ਟੈਕਸੀ 'ਚ ਜਾਂਦੇ, ਟ੍ਰੇਨ 'ਚ ਜਾਂਦੇ, ਜਹਾਜ਼ 'ਚ ਜਾਂਦੇ, ਉਹ ਆਪਣੇ ਪਰਸ 'ਚੋਂ ਇੱਕ ਪੋਥੀ ਖੋਲ੍ਹਦੀ, ਸਿਰ ਢੱਕਦੀ ਅਤੇ ਪੜ੍ਹਨ ਲੱਗ ਜਾਂਦੀ। ਕੀ ਪੋਥੀ ਇਹਦਾ ਮੈਨੂੰ ਪਤਾ ਨਹੀਂ ਸੀ,
ਪਰ ਇੰਨਾ ਸੀ ਵੀ ਜਿਹੜਾ ਸਿਰ ਢੱਕ ਲੈਂਦੀ ਹੈ ਸ਼ਾਇਦ ਕੁਰਾਨ ਹੋਵੇ, ਸ਼ਾਇਦ ਹਦੀਸ ਹੋਵੇ, ਕੋਈ ਧਰਮੀ ਪੋਥੀ ਹੈ, ਤਾਂ ਕਰਕੇ ਉਹਦੇ ਵਰਤਾਅ ਤੋਂ ਪਤਾ ਲੱਗਦਾ ਸੀ, ਪਰ ਕੀ ਇਹ ਪਤਾ ਨਹੀਂ ਸੀ। ਇਹ ਪੁੱਛਣਾ ਮੈਨੂੰ ਗੁਸਤਾਖੀ ਲੱਗਦੀ ਸੀ ਵੀ ਮੈਂ ਪੁੱਛਾਂ ਕਿਹੜੀ ਕਿਤਾਬ ਪੜ੍ਹਦੇ ਹੋ ਤੁਸੀਂ। ਇੱਕ ਦਿਨ ਅਸੀਂ ਕਿਸੇ ਥਾਂ 'ਤੇ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੇ, ਮਧੂ ਬਾਲਾ ਨੂੰ ਸੱਦਾ ਆ ਗਿਆ। ਮੈਨੂੰ ਕਹਿੰਦੀ, ਉੱਠੀ, ਕਹਿੰਦੀ ਉਸਤਾਦ ਜੀ ਇਹ ਮੇਰਾ ਪਰਸ ਪੜਾ ਹੈ, ਉਹਦੇ ਉੱਪਰ ਕਿਤਾਬ ਰੱਖ ਦਿੱਤੀ। ਮੈਂ ਚਲੀ, ਆਪ ਧਿਆਨ ਰੱਖਣਾ। ਉਹ ਜਦੋਂ ਚਲੀ ਗਈ, ਜੇ ਤਾਂ ਕਿਤਾਬ ਅੰਦਰ ਬੰਦ ਕਰਕੇ ਜ਼ਿਪ ਬੰਦ ਕਰਕੇ ਚਲੀ ਜਾਂਦੀ, ਫਿਰ ਮੈਂ ਬੇਅਦਬੀ ਨਹੀਂ ਕਰਦਾ ਸੀ ਖੋਲ੍ਹਣ ਦੀ, ਕਿਉਂਕਿ ਮੇਰੇ ਹਵਾਲੇ ਕਰ ਗਈ ਅਤੇ ਉਹ ਕਿਤਾਬ ਪਰਸ ਦੇ ਉੱਪਰ ਹੀ ਪਈ ਸੀ। ਮੈਂ ਕਿਤਾਬ ਚੁੱਕ ਲਈ, ਉਹ ਫਾਰਸੀ ਅੱਖਰਾਂ 'ਚ ਜਪਜੀ ਸਾਹਿਬ ਦੀ ਬਾਣੀ ਸੀ, ਜਪਜੀ ਸਾਹਿਬ ਦਾ ਪਾਠ ਕਰਦੀ ਹੁੰਦੀ ਹੈ। ਜਦੋਂ ਆਈ ਮੈਂ ਉਹਨੂੰ ਪੁੱਛਿਆ ਵੀ ਤੂੰ ਜਪਜੀ ਸਾਹਿਬ ਦਾ ਪਾਠ ਕਦੋਂ ਕਰਨ ਲੱਗੀ? ਉਹ ਕਹਿੰਦੀ ਵਾਪਸੀ ਵੇਲੇ ਦੱਸੂੰਗੀ ਤੁਹਾਨੂੰ, ਜਦੋਂ ਆਪਾਂ ਸਫ਼ਰ ਕਰਾਂਗੇ। ਸਫ਼ਰ ਵਾਪਸੀ 'ਤੇ ਕਰਦਿਆਂ ਦੱਸਿਆ ਕਿ ਮੈਂ ਬਿਮਾਰ ਹੋ ਗਈ ਸੀ, ਕਿਸੇ ਦਵਾਈ ਨੇ ਅਸਰ ਨਹੀਂ ਕੀਤਾ, ਕਿਸੇ ਮਹਾਂਪੁਰਖ ਦੀ ਅਸੀਸ ਨਹੀਂ ਲੱਗੀ। ਮੈਨੂੰ ਮੇਰੇ ਸੰਗੀ ਸਾਥੀ ਕਹਿਣ ਲੱਗੇ, ਗੁਰੂ ਨਾਨਕ ਦੇਵ ਜੀ ਜਗਤ ਗੁਰੂ ਨੇ, ਸਾਰਾ ਸੰਸਾਰ ਉਹਨਾਂ ਦਾ ਪਰਿਵਾਰ ਹੈ, ਉਹਨਾਂ ਦੀਆਂ ਆਪਣੀਆਂ ਲਿਖਤਾਂ ਨੇ ਜਨਮ ਸਾਖੀਆਂ ਦੇ ਵਿੱਚ, ਜਦੋਂ ਉਹ ਕਹਿੰਦੇ ਨੇ ਸਾਰਾ ਸੰਸਾਰ ਅਸਾਂ ਦਾ ਪਰਿਵਾਰ ਹੈ, ਤਾਂ ਤੂੰ ਵੀ ਉਹਨਾਂ ਦੇ ਪਰਿਵਾਰ ਦੀ ਇੱਕ ਜੀ ਹੈ, ਤੂੰ ਵੀ ਉਹਨਾਂ ਦੀ ਬੇਟੀ ਹੈ, ਇਸ ਕਰਕੇ ਉਹਨਾਂ ਦੇ ਦਰਬਾਰ 'ਚ ਅਰਦਾਸ ਕਰ ਅਤੇ ਉਹਨਾਂ ਦੀ ਬਾਣੀ ਦਾ ਆਸਰਾ ਲੈ। ਉਹ ਕਹਿੰਦੀ ਮੈਂ ਬੰਬੇ ਗੁਰਦੁਆਰਾ ਹੈ ਜਿੱਥੇ ਉਹ ਰਹਿੰਦੀ ਸੀ, ਮੈਂ ਹੁਣ ਉਹ ਏਰੀਏ ਦਾ ਨਾਮ ਵੀ ਮੈਨੂੰ ਯਾਦ ਆਜੂਗਾ, ਉਸ ਗੁਰਦੁਆਰੇ ਜਾ ਕੇ ਅਰਦਾਸ ਕੀਤੀ, ਰਾਜੀ ਹੋਣੀ ਸ਼ੁਰੂ ਹੋ ਗਈ। ਫਿਰ ਗੁਟਕਾ ਮੰਗਵਾਇਆ, ਫਾਰਸੀ ਅੱਖਰਾਂ, ਉਰਦੂ ਅਤੇ ਫਾਰਸੀ ਦੀ ਲਿਪੀ ਇੱਕੋ ਹੀ ਹੈ, ਫਾਰਸੀ ਅੱਖਰਾਂ 'ਚ ਗੁਟਕਾ ਮੰਗਵਾਇਆ। ਕਹਿੰਦੀ ਮੈਂ ਪਾਠ ਕਰਦੀ ਹੁੰਦੀ, ਸੰਗਤ ਨੂੰ ਕਹਿੰਦੇ, ਪ੍ਰਧਾਨ ਜੀ ਨੂੰ ਕਹਿੰਦੇ ਗੁਰਦੁਆਰੇ ਦੇ ਨੂੰ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਜੇ ਲੰਗਰ ਦੀ ਸੇਵਾ ਮੈਂ ਕਰਦੇ ਕਰਾਂ, ਮਨਜ਼ੂਰ ਕਰ ਲਉਂਗੇ? ਉਹ ਕਹਿੰਦਾ ਮੈਂ ਕਮੇਟੀ ਨੂੰ ਪੁੱਛੂੰਗਾ। ਕਮੇਟੀ 'ਚ ਗੱਲ ਰੱਖੀ, ਕਮੇਟੀ ਕਹਿੰਦੇ ਸਾਨੂੰ ਕੀ ਇਤਰਾਜ਼ ਇਸ ਗੱਲ ਦਾ, ਸੇਵਕ ਸੇਵਾ ਕਰਨਾ ਚਾਹੁੰਦਾ ਤਾਂ ਕਰੇ। ਅਰਦਾਸ ਹੋਣ ਲੱਗ ਗਈ, ਉਹ ਐਸ ਮਹਿੰਦਰ ਨੂੰ ਦੱਸ ਰਹੀ ਹੈ, ਕਹਿੰਦੀ ਮੇਰੇ ਜਦੋਂ ਪ੍ਰੋਡਿਊਸਰ ਨਾਲ ਇਕਰਾਰਨਾਮਾ ਦਸਖਤ ਹੁੰਦਾ, ਉਹਦੇ 'ਚ ਜੋ ਸ਼ਰਤਾਂ ਉਹਨਾਂ ਦੀਆਂ ਹੁੰਦੀਆਂ ਨੇ ਮੈਂ ਮੰਨਦੀ ਹਾਂ, ਵੀ ਦੇਸ਼ 'ਚ ਜਾਂ ਵਿਦੇਸ਼ 'ਚ ਜਿੱਥੇ ਵੀ ਐਕਟਿੰਗ ਕਰਨੀ ਪਊਗੀ ਕਰੂੰਗੀ, ਜਾਊਂਗੀ, ਲੇਕਿਨ ਮੈਂ ਆਪਣੀ ਇੱਕ ਸ਼ਰਤ ਪਵਾਉਣੀ ਹੁੰਦੀ ਹਾਂ ਵਿੱਚ, ਵੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਵੇ ਉਦੋਂ ਅੰਧੇਰੀ ਗੁਰਦੁਆਰਾ, ਅੰਧੇਰੀ ਇਲਾਕਾ, ਉਦੋਂ ਬੰਬੇ ਦੇ ਅੰਧੇਰੀ ਗੁਰਦੁਆਰੇ ਦੇ ਵਿੱਚ ਮੈਂ ਹੋਣੀ ਚਾਹੀਦੀ ਹਾਂ, ਇਹ ਜ਼ਿੰਮੇਵਾਰੀ ਤੁਹਾਡੀ। ਮੈਂ ਗੁਰੂ ਨਾਨਕ ਦੇਵ ਜੀ ਦਾ ਮੱਥਾ ਟੇਕਣਾ ਉਸ ਦਿਨ ਨਹੀਂ ਭੁੱਲਣਾ, ਅਤੇ ਲੰਗਰ ਦੀ ਸੇਵਾ ਮੇਰੀ ਹੁੰਦੀ। ਇਸ ਤਰ੍ਹਾਂ ਸਾਲੋ ਸਾਲ ਹੁੰਦਾ ਗਿਆ। ਇੱਕ ਦਿਨ ਖਬਰ ਮਿਲੀ ਕਿ ਮਧੂਬਾਲਾ ਸੰਸਾਰ 'ਚੋਂ ਚਲੀ ਗਈ, ਉਹਦੀ ਆਤਮਾ ਦੀ ਸ਼ਾਂਤੀ ਵਾਸਤੇ ਪਾਠ ਦਾ ਭੋਗ ਪਾਇਆ ਗਿਆ। ਪਿਤਾ ਅਜੇ ਮੌਜੂਦ ਸੀ, ਪਿਤਾ ਹਾਜ਼ਰ ਹੋਇਆ। ਪਿਤਾ ਨੇ ਕਿਹਾ ਕਿ ਮੇਰੀ ਧੀ ਨੂੰ ਜਿੰਨੇ ਸਾਹ ਮਿਲੇ ਉਹਨੇ ਨਿਭਾ ਕੇ ਚਲੀ ਗਈ, ਉਹਦਾ ਵਸਤਾ ਨਹੀਂ ਸੀ ਵੀ ਉਹ ਹੋਰ ਇੱਥੇ ਰਹਿੰਦੀ, ਪਰ ਉਹਦੀ ਜਿਹੜੀ ਇੱਛਾ ਸੀ ਵੀ ਲੰਗਰ ਦੀ ਸੇਵਾ ਪ੍ਰਕਾਸ਼ ਪੁਰਬ 'ਤੇ ਉਹਦੀ ਹੋਵੇ, ਇਹ ਚਾਲੂ ਰਹਿਣੀ ਚਾਹੀਦੀ, ਮੇਰੇ ਕੋਲ ਜਿਹੜਾ ਪੈਸਾ ਇਹ ਵੀ ਹੋ ਸਕਦਾ ਹੀ ਹੈ, ਉਹਦੇ ਨਾਂ ਦੀ ਅਰਦਾਸ ਹੋਵੇ। ਉਹਦੀ ਮੌਤ ਪਿੱਛੋਂ ਵੀ ਮਧੂਬਾਲਾ ਦੇ ਨਾਂ ਦੀ ਅਰਦਾਸ ਹੁੰਦੀ ਰਹੀ ਲੰਗਰ ਦੀ। ਫਿਰ 6 ਸਾਲ ਬਾਅਦ ਖਬਰ ਮਿਲੀ ਪਿਤਾ ਵੀ ਚਲੇ ਗਏ। ਸੰਗਤ ਨੇ ਉਹਨਾਂ ਦੇ ਆਤਮਾ ਦੀ ਸ਼ਾਂਤੀ ਨਿਮਿੱਤ ਪਾਠ ਦਾ ਭੋਗ ਪਾਇਆ। ਸੰਗਤ ਦੇ ਵਿੱਚੋਂ ਮੈਂਬਰਾਂ ਨੇ ਕਿਹਾ ਵੀ ਪਿਓ ਪੁੱਤ ਆਖਰੀ ਸਾਹਾਂ ਤੱਕ ਤਾਂ ਸੇਵਾ ਕਰਦੇ ਰਹੇ, ਧੀ ਪੁੱਤ, ਅਤੇ ਜੇ ਸੰਸਾਰ 'ਚੋਂ ਚਲੇ ਗਏ ਉਹਨਾਂ ਦਾ ਕਸੂਰ ਥੋੜ੍ਹਾ, ਇੱਥੇ ਅਰਦਾਸ ਮਧੂਬਾਲਾ ਦੇ ਨਾਂ ਦੀ ਹੋਣੀ ਚਾਹੀਦੀ ਅੱਗੋਂ ਨੂੰ ਵੀ। ਐਸ ਮਹਿੰਦਰ ਕਹਿੰਦੇ ਨੇ ਗੁਰਪੁਰਬ ਵਾਲੇ ਦਿਨ ਤੁਸੀਂ ਅੰਧੇਰੀ ਗੁਰਦੁਆਰੇ 'ਚ ਜਾਓ, ਦੁਪਹਿਰ ਨੂੰ ਅਰਦਾਸੀ ਨੂੰ ਅਰਦਾਸ ਕਰਦਾ ਸੁਣੋ, ਮਧੂਬਾਲਾ ਆਪ ਦੀ ਧੀ ਵੱਲੋਂ ਪਿਤਾ ਲੰਗਰ ਦੀ ਸੇਵਾ ਹਾਜ਼ਰ ਹੈ, ਮਨਜ਼ੂਰ ਕਰੋ ਸੰਗਤ ਵਿੱਚ ਵਰਤਾਉਣ ਦੀ ਆਗਿਆ ਦੀ। ਤੋ ਮੁਸਲਮਾਨ ਕੁੜੀ ਹੈ ਇਹ ਮਧੂਬਾਲਾ। ਇੱਕ ਤਾਂ ਇਹ ਘਟਨਾ, ਦੂਜੀ ਘਟਨਾ ਬਲਵੰਤ ਗਾਰਗੀ ਦੀ, ਮੈਂ ਆਪਣੇ ਵਿਦਿਆਰਥੀਆਂ ਨੂੰ ਭੁੱਲਦਾ ਨਹੀਂ ਇਹ ਘਟਨਾ ਸੁਣਾਉਣਾ। 1969 'ਚ ਬਲਵੰਤ ਗਾਰਗੀ ਨੇ ਵੀ ਇੱਕ ਲੇਖ ਲਿਖਿਆ ਸੀ, 500 ਸਾਲਾ ਸ਼ਤਾਬਦੀ ਮਨਾਈ ਗਈ ਸੀ।
ਇਹ ਲੇਖ ਅੰਗਰੇਜ਼ੀ ਅਤੇ ਪੰਜਾਬੀ 'ਚ ਭਾਸ਼ਾ ਵਿਭਾਗ ਨੇ ਛਪਵਾ ਕੇ ਵੰਡਿਆ ਸੀ। ਉਸ ਲੇਖ 'ਚ ਆਪਣੇ ਬਚਪਨ ਦਾ ਜ਼ਿਕਰ ਕਰਦਾ ਗਾਰਗੀ। ਬਲਵੰਤ ਗਾਰਗੀ ਦੇਖੋ ਸਿੱਖ ਨਹੀਂ, ਬੁਢਲਾਡੇ ਦੇ ਲਾਗੇ ਬਾਣੀਆਂ ਦਾ ਮੁੰਡਾ, ਸਿੱਖੀ ਤਾਂ ਉਹਨੂੰ ਪਤਾ ਹੀ ਨਹੀਂ, ਨਾ ਦਾਅਵਾ ਕਰਦਾ। ਉਹ ਕਹਾਣੀਕਾਰ ਹੈ, ਨਾਟਕਕਾਰ ਹੈ, ਜੀਵਨੀਕਾਰ ਹੈ, ਬਹੁਤ ਵਧੀਆ ਲੇਖਕ ਹੈ, ਇਹਦੇ 'ਚ ਵਿਵਾਦ ਨਹੀਂ ਹੈ ਕੋਈ। ਉਹਦੀ ਲਿਖਤ ਦੇ ਵਿੱਚ ਡੰਗ ਹੈ, ਰਿਆਇਤ ਨਹੀਂ ਕਰਦਾ ਕਿਸੇ ਨਾਲ। ਉਹ ਬਾਣੀਆਂ ਆਮ ਤੌਰ 'ਤੇ ਕਿਹਾ ਜਾਂਦਾ ਵੀ ਬਾਣੀਏ ਕਮਜ਼ੋਰ ਹੁੰਦੇ ਨੇ, ਬਾਣੀ ਡਰਦੇ ਹੁੰਦੇ ਨੇ। ਭਾਈ ਜਿਹਦੇ ਕੋਲ ਪੈਸਾ ਟਕਾ ਹੁੰਦਾ ਉਹ ਡਰਦਾ ਹੀ ਹੁੰਦਾ, ਸਿਆਣਾ ਬੰਦਾ ਡਰਦਾ ਹੀ ਹੁੰਦਾ। ਬਾਣੀਆ ਕਿਉਂਕਿ ਸਿਆਣਾ, ਇਸ ਕਰਕੇ ਉਹ ਡਰਦਾ ਹੁੰਦਾ ਅਤੇ ਬਚਦਾ ਰਹਿੰਦਾ। ਤੋ ਬਲਵੰਤ ਗਾਰਗੀ ਹੈ ਜਿਹੜਾ, ਇਹ ਲੇਖਕ ਦੇ ਤੌਰ 'ਤੇ ਜਾਣਿਆ ਪਛਾਣਿਆ ਅਤੇ ਮੰਨਿਆ ਹੈ ਰਾਈਟਰ, ਲੇਕਿਨ ਇਹ ਲਿਖਦਾ ਕਹਿੰਦਾ ਇੱਕ ਦਿਨ ਮਾਂ ਨੇ ਸਵੇਰੇ ਸਵੇਰੇ ਸਾਨੂੰ ਦੋਵਾਂ ਭਰਾਵਾਂ ਨੂੰ ਉਠਾਇਆ, ਵੱਡਾ ਕੁਲਵੰਤ ਸੀ, ਮੈਂ ਛੋਟਾ ਬਲਵੰਤ, ਇਸ਼ਨਾਨ ਕਰਵਾ ਕੇ ਕਹਿੰਦੇ ਚਲੋ ਬਾਬੇ ਦੇ ਸਾਧੂ ਦੇ ਡੇਰੇ 'ਤੇ ਚੱਲਦੇ ਹਾਂ। ਸਾਧ ਦਾ ਡੇਰਾ ਸੀ, ਉੱਥੇ ਇੱਕ ਸਾਧ ਬੈਠਾ ਸੀ, ਮੱਥਾ ਟੇਕਿਆ ਮਾਂ ਨੇ, ਦੇਖ ਕੇ ਅਸੀਂ ਵੀ ਮੱਥਾ ਟੇਕ ਦਿੱਤਾ। ਮਾਂ ਕਹਿੰਦੀ ਬਾਬਾ ਜੀ ਦੋ ਬੱਚੇ ਨੇ ਮੇਰੇ, ਇਹ ਇੰਨੀ ਸੱਤਿਆ ਤਾਂ ਹੈ ਨਹੀਂ ਕਿ ਮੈਂ ਦੋਵਾਂ ਨੂੰ ਪੜ੍ਹਾ ਦੇਵਾਂ, ਮੈਂ ਤੁਹਾਡੇ ਤੋਂ ਇਹ ਪੁੱਛਣ ਆਈ ਹਾਂ ਵੀ ਦੋਵਾਂ 'ਚੋਂ ਕਿਹਦੇ ਢਿੱਡ 'ਚ ਚਾਰ ਅੱਖਰ ਪੈਣਗੇ, ਉਹ ਤੂੰ ਦੱਸ ਦੇ। ਕਹਿੰਦਾ ਜੀ ਉਹ ਬੌਂਦਲਾ ਜਿਹਾ ਸਾਧ ਸੀ, ਸਾਡੇ ਵੱਲ ਉਹਨੇ ਧਿਆਨ ਨਾਲ ਦੇਖਿਆ ਵੀ ਨਹੀਂ, ਮੇਰੇ ਵੱਲ ਹੱਥ ਕਰ ਦਿੱਤਾ, ਕਹਿੰਦਾ ਇਹਨੂੰ ਪੜ੍ਹਾ ਦੇ। ਕਹਿੰਦਾ ਜੇ ਕਿਤੇ ਕੁਲਵੰਤ ਵੱਲ ਹੱਥ ਕੀਤਾ ਹੁੰਦਾ ਤਾਂ ਮੈਂ ਬੁਢਲਾਡੇ ਆੜ੍ਹਤੀਆ ਹੋਣਾ ਸੀ, ਹੁਣ ਮੈਂ ਪ੍ਰੋਫੈਸਰ ਹਾਂ ਅਤੇ ਕੁਲਵੰਤ ਆੜ੍ਹਤੀ ਹੈ। ਇੱਕ ਬੰਦੇ ਦਾ ਉਂਗਲ ਦਾ ਹੱਥ ਦਾ ਇਸ਼ਾਰਾ ਜਿਹੜਾ ਉਹ ਤਕਦੀਰਾਂ ਬਦਲ ਦਿੰਦਾ ਹੈ। ਫਿਰ ਕਹਿੰਦਾ ਵੱਡੇ ਭਰਾ ਨੂੰ ਤਾਂ ਕੁਲਵੰਤ ਨੂੰ ਮਾਂ ਘਰ ਛੱਡ ਗਈ, ਮੈਨੂੰ ਗੁਰਦੁਆਰੇ ਲੈ ਗਈ, ਪਿੰਡ 'ਚ ਸਕੂਲ ਨਹੀਂ ਸੀ ਕੋਈ, ਗੁਰਦੁਆਰੇ ਪੜ੍ਹਦੇ ਹੁੰਦੇ ਸਨ ਬੱਚੇ। ਕਹਿੰਦਾ ਤਿੰਨ ਚਾਰ ਦਿਨ ਮੈਂ ਬਾਕੀ ਬੱਚਿਆਂ ਨਾਲ ਖੇਡਦਾ ਰਿਹਾ, ਉੱਥੇ ਕੋਈ ਪੜ੍ਹਾਉਂਦਾ ਹੈ ਨਹੀਂ ਸੀ, ਮੈਂ ਪੁੱਛਿਆ ਬਈ ਆਪਾਂ ਨੂੰ ਪੜ੍ਹਾਊਗਾ ਕੌਣ? ਉਹ ਕਹਿੰਦੇ ਇਹ ਗੁਰਦੁਆਰਾ ਇੱਕ ਨਿਹੰਗ ਬਾਬਾ ਜੀ ਦਾ, ਉਹ ਦੌਰਿਆਂ 'ਤੇ ਰਹਿੰਦੇ ਨੇ ਬਹੁਤਾ, ਜਦੋਂ ਆਉਂਦੇ ਨੇ ਪਿਛਲੀ ਸੰਥਿਆ ਸੁਣ ਲੈਂਦੇ ਨੇ, ਅਗਲੀ ਸੰਥਿਆ ਦੇ ਜਾਂਦੇ ਨੇ, ਫਿਰ ਆਉਂਦੇ ਨੇ ਫਿਰ ਸੁਣ ਲੈਂਦੇ ਨੇ, ਬਸ ਇੱਥੇ ਤਾਂ ਇਸ ਤਰ੍ਹਾਂ ਪੜ੍ਹਾਈ ਹੁੰਦੀ। ਇੱਕ ਦਿਨ ਰੌਲਾ ਪੈ ਗਿਆ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਸਾਰੇ ਬੱਚੇ ਕਤਾਰ 'ਚ ਖਲੋ ਗਏ। ਮੈਂ ਦੇਖਿਆ ਜਿੱਧਰੋਂ ਕਹਿ ਰਹੇ ਸੀ ਬਾਬਾ ਜੀ ਆ ਗਏ, ਘੋੜੇ 'ਤੇ ਸਵਾਰ ਇੱਕ ਨਿਹੰਗ ਸੀ ਜਿਹਦੇ ਹੱਥ 'ਚ ਨੇਜ਼ਾ ਸੀ, ਸਰਪਟ ਘੋੜਾ ਦੌੜਾਈ ਆ ਰਹੇ ਸੀ। ਗੁਰਦੁਆਰੇ ਦੇ ਮੈਦਾਨ 'ਚ ਆ ਕੇ ਰੋਕੇ ਜਿੱਥੇ ਬੱਚੇ ਖਲੋਤੇ ਸਨ, ਇਕੱਲੇ ਇਕੱਲੇ ਬੱਚੇ ਨੂੰ ਦੇਖਿਆ, ਮੇਰੇ ਵੱਲ ਨੇਜ਼ੇ ਦੀ ਨੋਕ ਕਰਕੇ ਕਹਿੰਦੇ ਤੂੰ ਕਿਹਨਾਂ ਦਾ ਮੁੰਡਾ ਵੀ? ਮੈਂ ਕਿਹਾ ਜੀ ਬਾਣੀਆਂ ਦਾ ਮੁੰਡਾ, ਆਪਣੇ ਬਾਊ ਜੀ ਦਾ ਨਾਂ ਦੱਸਿਆ। ਮੈਨੂੰ ਕਹਿੰਦੇ ਖੇਡਣ ਆਉਂਦਾ ਹੁੰਦਾ ਇੱਥੇ? ਮੈਂ ਕਿਹਾ ਨਹੀਂ ਬਾਬਾ ਜੀ, ਪੜ੍ਹਨ ਆਉਂਦਾ ਹੁੰਦਾ। ਬਾਬਾ ਜੀ ਕਹਿੰਦੇ ਕੀ ਪੜ੍ਹਿਆ ਸੁਣਾ? ਮੈਂ ਕਿਹਾ ਬਾਬਾ ਜੀ ਤੁਸੀਂ ਸਬਕ ਤਾਂ ਅੱਜ ਦਿੱਤੇ ਹੀ ਨਹੀਂ, ਸਬਕ ਦਿਓਗੇ ਫੇਰ ਹੀ ਮੈਂ ਯਾਦ ਕਰੂੰਗਾ। ਬਾਬਾ ਜੀ ਨੇ ਬੱਚਿਆਂ ਨੂੰ ਪਰੇ ਹਟਣ ਦਾ ਇਸ਼ਾਰਾ ਕੀਤਾ, ਘੋੜੇ ਦੀ ਕਾਠੀ 'ਤੇ ਬੈਠਿਆਂ ਬਿਠਾਇਆਂ ਜ਼ਮੀਨ 'ਤੇ ਪਹਿਲਾਂ ਏਕ ਆਵਾਹਿਆ, ਫਿਰ ਖੁੱਲ੍ਹੇ ਮੂੰਹ ਵਾਲਾ ਊੜਾ, ਮੈਨੂੰ ਕਹਿੰਦੇ ਆਖ ਇੱਕ ਓਂਕਾਰ ਅਤੇ ਮੱਥਾ ਟੇਕ। ਮੈਂ ਆਖਿਆ ਹੱਥ ਜੋੜ ਕੇ ਇੱਕ ਓਂਕਾਰ, ਗੋਡੇ ਜ਼ਮੀਨ 'ਤੇ ਲਾਏ, ਮੱਥਾ ਇੱਕ ਓਂਕਾਰ 'ਤੇ, ਕਿਹਾ ਇੱਕ ਓਂਕਾਰ। ਬਲਵੰਤ ਗਾਰਗੀ ਲਿਖਦਾ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਸੀ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੀ ਸੀ, ਮੇਰੀ ਬਾਕੀ ਦੀ ਵਿੱਦਿਆ ਇਹਨਾਂ ਦੋ ਸਬਕਾਂ ਦੇ ਵਿਚਕਾਰ ਵਿਚਕਾਰ ਸੀ। ਬਲਵੰਤ ਗਾਰਗੀ ਨੇ ਅੰਗਰੇਜ਼ੀ ਦੇ MA ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਸੀ ਅਤੇ PhD ਅਮੈਰੀਕਾ ਤੋਂ ਕੀਤੀ ਸੀ। ਨਾਮਵਰ ਨਾਟਕ ਦਾ ਪ੍ਰੋਫੈਸਰ ਸੀ ਉਹ ਅਤੇ ਨਾਟਕਕਾਰ ਸੀ। ਉਹ ਕਹਿੰਦਾ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇੱਕ ਓਂਕਾਰ ਸੀ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇੱਕ ਓਂਕਾਰ ਹੈ, ਮੇਰੀ ਬਾਕੀ ਦੀ ਵਿੱਦਿਆ ਇਹਨਾਂ ਦੋ ਸਬਕਾਂ ਦੇ ਵਿਚਕਾਰ ਵਿਚਕਾਰ ਹੈ। ਅਗਲਾ ਵਾਕ ਉਹ ਕਹਿੰਦਾ ਇਹ ਤਸਵੀਰ ਬਚਪਨ ਦੀ ਮੇਰੇ ਦਿਲ 'ਚ ਬੈਠੀ ਹੋਈ ਸਾਰੀ ਉਮਰ ਨਹੀਂ ਨਿਕਲਦੀ। ਮੈਨੂੰ ਇਉਂ ਲੱਗਦਾ ਹੁੰਦਾ ਕਿ ਜਿੱਥੇ ਜ਼ਮੀਨ ਅਤੇ ਅਸਮਾਨ ਮਿਲਦੇ ਨੇ ਉੱਥੋਂ ਘੋੜੇ 'ਤੇ ਸਵਾਰ ਹੋ ਕੇ ਨੀਲੇ ਬਾਣੇ 'ਚ ਕੋਈ ਮਹਾਂਪੁਰਖ ਆਊਗਾ ਜਿਹਦੇ ਹੱਥ 'ਚ ਨਿਸ਼ਾਨ ਸਾਹਿਬ ਹੋਊਗਾ ਅਤੇ ਧਰਤੀ ਦੇ ਵਰਕੇ 'ਚ ਨਿਸ਼ਾਨ ਸਾਹਿਬ ਗੱਡਣਗੇ ਅਤੇ ਕਹਿਣਗੇ ਆਖੋ ਇੱਕ ਓਂਕਾਰ ਅਤੇ ਮੱਥਾ ਟੇਕੋ। ਉਹ ਕਹਿੰਦੇ ਨੇ ਇਹ ਜਿਹੜੀ ਵਿੱਦਿਆ ਹੈ ਇਹ ਫੱਟੀਆਂ 'ਤੇ ਅਤੇ ਕਾਗਜ਼ਾਂ 'ਤੇ ਲਿਖਣ ਵਾਲੀ ਵਿੱਦਿਆ ਨਹੀਂ, ਧਰਤੀ ਦੇ ਵਰਕੇ 'ਤੇ ਲਿਖੀ ਜਾਣ ਵਾਲੀ ਵਿੱਦਿਆ ਹੈ। ਇਹ ਸੀ ਬਲਵੰਤ ਗਾਰਗੀ, ਬੁਢਲਾਡੇ ਦੇ ਬਾਣੀਆਂ ਦਾ ਛੋਕਰਾ। ਤੀਜਾ
ਸ਼ਿਵ ਕੁਮਾਰ ਬਟਾਲਵੀ। ਸ਼ਿਵ ਕੁਮਾਰ ਬਟਾਲਵੀ ਦੱਸਦਾ ਕਿ ਮੇਰੇ ਮੇਜ਼ 'ਤੇ ਜੇ ਖਾਲੀ ਦਸਤਾ ਪਿਆ ਹੋਏ ਕਾਗਜ਼ਾਂ ਦਾ, ਮੈਨੂੰ ਡਰ ਲੱਗਣ ਲੱਗ ਜਾਂਦਾ। ਇਹਦਾ ਮਤਲਬ ਮੈਨੂੰ ਹੁਣ ਮੇਰੇ ਗੀਤ ਉਤਰਨਗੇ ਨਹੀਂ ਮੇਰੇ ਕੋਲ, ਇਹਦਾ ਮਤਲਬ ਹੁਣ ਰਚਨਾ ਮੇਰੇ 'ਚੋਂ ਖਤਮ ਹੋ ਜੂਗੀ। ਉਹ ਕੋਰੇ ਕਾਗਜ਼ ਮੈਨੂੰ ਡਰਾਈ ਜਾਂਦੇ ਨੇ। ਫਿਰ ਮੈਂ ਕਲਮ ਦਬਾ ਚੁੱਕਦਾ, ਦਸਤੇ ਦੇ ਪਹਿਲੇ ਕਾਗਜ਼ ਦੇ ਸਿਖਰ ਇੱਕ ਓਂਕਾਰ ਲਿਖ ਦਿੰਦਾ, ਫਿਰ ਮੇਰਾ ਡਰ ਹਟ ਜਾਂਦਾ। ਸਿਰਜਣਾ ਕਦੀ ਬੰਦ ਹੋ ਨਹੀਂ ਸਕਦੀ, ਕਦੀ ਬੰਦ ਹੋਈ ਨਹੀਂ, ਅੱਗੋਂ ਨੂੰ ਜਾਰੀ ਰਹੇਗੀ। ਇਹ ਗੁਰੂ ਨਾਨਕ ਦੇਵ ਜੀ ਸਾਨੂੰ ਅਸੀਸ ਦੇਗੇ। ਚੌਥਾ ਸ਼ਖਸ ਅਫਜ਼ਲ ਅਹਿਸਨ ਰੰਧਾਵਾ। ਇਹ ਨਾਂ ਸੁਣਿਆ ਕਦੀ ਕਿਸੇ ਨੇ? ਨਾਵਲਕਾਰ ਹੈ ਅਤੇ ਕਹਾਣੀਕਾਰ। ਵੈਸੇ ਕਿੱਤੇ ਵਜੋਂ ਇਹਦਾ ਵੀ ਹੁਣ 3 ਸਾਲ ਪਹਿਲਾਂ ਦਿਹਾਂਤ ਹੋ ਗਿਆ। 6.5 ਫੁੱਟ ਲੰਮਾ ਕੱਦਾਵਰ ਸੀ ਇਹ ਅਫਜ਼ਲ ਅਹਿਸਨ ਰੰਧਾਵਾ, ਲਾਹੌਰ ਹਾਈ ਕੋਰਟ ਦਾ ਨਾਮਵਰ ਵਕੀਲ। ਮੈਂ ਆਇਆ ਡਿਪਾਰਟਮੈਂਟ 'ਚ, ਮੁਖੀ ਸੀ ਉਦੋਂ, ਸਕੂਟਰ ਸਟੈਂਡ 'ਤੇ ਲਾਇਆ। ਮੈਂ ਦੇਖਿਆ ਵਾਈਸ ਚਾਂਸਲਰ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਜਿਹੜਾ ਲਾਨ ਹੈ, ਰੰਧਾਵਾ ਸਾਹਿਬ ਉੱਥੇ ਟਹਿਲ ਰਹੇ। ਮੈਂ ਚਲਾ ਗਿਆ, ਮੈਂ ਕਿਹਾ ਰੰਧਾਵਾ ਸਾਹਿਬ ਸਲਾਮ ਅਲੈਕਮ। ਮੈਨੂੰ ਕਹਿੰਦੇ ਸਤਿ ਸ਼੍ਰੀ ਅਕਾਲ, ਜੱਫੀ ਪਾ ਕੇ ਮਿਲੇ। ਮੈਂ ਕਿਹਾ ਮੈਂ ਤੁਹਾਡਾ ਪਾਠਕ ਹਾਂ, ਤੁਹਾਡੀਆਂ ਸਾਰੀਆਂ ਕਹਾਣੀਆਂ ਅਤੇ ਸਾਰੇ ਨਾਵਲ ਪੜ੍ਹੇ ਨੇ, ਫੁਰਸਤ ਹੈ ਜੇ ਤੁਹਾਡੇ ਨਾਲ ਰਲ ਕੇ ਚਾਹ ਪੀ ਲਈਏ, ਭਵਨ 'ਚ ਚੱਲੋਗੇ ਮੇਰੇ ਨਾਲ? ਉਹ ਕਹਿੰਦੇ ਮੈਂ ਵਿਹਲਾ, ਹੁਣ ਤਾਂ ਕੱਲ੍ਹ ਕੰਮ ਕਾਜ ਨਿਬੇੜ ਲਏ ਸਾਰੇ। ਮੈਂ ਕਿਹਾ ਤੁਹਾਡੇ ਨਾਲ ਚਾਹ ਪੀਵਾਂਗੇ, ਗੱਲਾਂ ਸੁਣਾਂਗੇ ਤੁਹਾਡੀਆਂ। ਠੀਕ ਹੈ ਚਲੋ ਚੱਲੀਏ। ਮੈਂ ਲੈ ਗਿਆ, 8-10 ਪ੍ਰੋਫੈਸਰ ਸਨ, 25-30 ਵਿਦਿਆਰਥੀ ਹਾਲ 'ਚ ਬੈਠ ਗਏ। ਮੈਂ ਗੱਲ ਛੇੜੀ ਇੱਥੋਂ, ਮੈਂ ਰੰਧਾਵਾ ਸਾਹਿਬ ਤੁਹਾਡੇ ਨਾਵਲਾਂ ਅਤੇ ਕਹਾਣੀਆਂ ਦੇ ਹੀਰੋ ਸਾਰੇ ਸਿੱਖ ਨੇ ਅਤੇ ਸ਼ਾਨਦਾਰ ਸਿੱਖ। ਜੀ ਕਰਦਾ ਕਿਹੋ ਜਿਹੇ ਸਿੱਖ ਹੋਈਏ ਅਸੀਂ? ਤੁਸੀਂ ਸਿੱਖਾਂ ਨੂੰ ਕਦੋਂ ਪਿਆਰ ਕਰਨ ਲੱਗ ਗਏ ਸੀ? ਉਹ ਕਹਿੰਦੇ ਮੈਂ ਸਿੱਖਾਂ ਨੂੰ ਪਿਆਰ ਕਰਨ ਲੱਗ ਗਿਆ ਸੀ, ਕਿਉਂ ਨਾ ਪਿਆਰ ਕਰਾਂ? ਮੈਂ ਹਾਂ ਹੀ ਸਿੱਖ। ਮੈਂ ਕਿਹਾ ਤੁਸੀਂ ਕਿਵੇਂ ਸਿੱਖ ਹੋ, ਮੈਨੂੰ ਤਾਂ ਪਤਾ ਨਹੀਂ। ਉਹ ਕਹਿੰਦੇ ਤੁਸੀਂ ਕਿਤੇ ਜਨਮ ਸਾਖੀ ਦਾ ਪਾਠ ਕੀਤਾ? ਮੈਂ ਕਿਹਾ ਮੇਰੇ ਜਿੰਨਾ ਘੱਟ ਹੀ ਕੀਤਾ ਹੋਣਾ ਕਿਸੇ ਨੇ, ਬਹੁਤ ਕੀਤਾ। ਫਿਰ ਕਹਿੰਦੇ ਇੱਕ ਮੁਰੀਦ ਸੀ ਹਜ਼ਰਤ ਬਾਬਾ ਨਾਨਕ ਦਾ, ਉਹਦਾ ਨਾਂ ਅਜਿੱਤਾ ਰੰਧਾਵਾ ਸੀ। ਮੈਂ ਕਿਹਾ ਹੈਗਾ ਸੀ ਜੀ, ਬਹੁਤ ਭਲਾ ਸੀ, ਬਹੁਤ ਵੱਡਾ ਸੀ। ਕਹਿਣ ਲੱਗੇ ਉਹ ਮੇਰਾ ਪੜਦਾਦਾ ਸੀ। ਜਦੋਂ ਉਹ ਇਹ ਮੈਨੂੰ ਅਫਜ਼ਲ ਅਹਿਸਨ ਰੰਧਾਵਾ ਦੱਸ ਰਹੇ ਨੇ, ਕਹਿੰਦੇ ਜਦੋਂ ਆਖਰੀ ਉਦਾਸੀ ਸਮਾਪਤ ਕਰਕੇ ਮਹਾਰਾਜ ਆਏ ਨਾ ਕਰਤਾਰਪੁਰ, ਕਰਤਾਰਪੁਰ ਤੋਂ ਵਸਾਇਆ ਬਾਅਦ 'ਚ, ਉਦੋਂ ਡੇਰਾ ਬਾਬਾ ਨਾਨਕ ਹੈ ਉਸ ਥਾਂ ਦਾ ਨਾਂ, ਇਹ ਅਜਿੱਤੇ ਰੰਧਾਵੇ ਦੇ ਮੁਰੱਬੇ ਸਨ, ਰਾਵੀ ਦਰਿਆ ਦੇ ਚੜ੍ਹਦੇ ਪਾਸੇ ਅਤੇ ਲਹਿੰਦੇ ਪਾਸੇ। ਅਫਜ਼ਲ ਅਹਿਸਨ ਰੰਧਾਵਾ ਦੱਸ ਰਹੇ ਨੇ ਕਿ ਜਦੋਂ ਬਾਬਾ ਜੀ ਨੇ ਆਪਣਾ ਉਦਾਸੀਆਂ ਵਾਲਾ ਲਿਬਾਸ ਉਤਾਰਿਆ, ਉਹ ਉੱਥੇ ਪਿਆ ਜੀ ਚੋਲਾ, ਜਦੋਂ ਉਦਾਸੀਆਂ ਵਾਲਾ ਲਿਬਾਸ ਉਤਾਰਿਆ, ਅਜਿੱਤੇ ਰੰਧਾਵੇ ਨੇ ਆਪਣੇ ਖੂਹ 'ਤੇ ਇਸ਼ਨਾਨ ਕਰਾਇਆ, ਫਿਰ ਕਿਹਾ ਮਹਾਰਾਜ ਤੁਸੀਂ ਇੱਥੇ ਬੈਠੋ, ਮੈਂ ਖਾਣਾ ਲੈ ਕੇ ਆਉਣਾ ਅਤੇ ਲਿਬਾਸ ਦੁਨੀਆਦਾਰਾਂ ਆਪਣੇ ਘਰੋਂ ਲੈ ਕੇ ਆਉਣਾ। ਫਿਰ ਉਹ ਲਿਬਾਸ ਲੈ ਕੇ ਆਇਆ, ਖਾਣਾ ਲੈ ਕੇ ਆਇਆ, ਮਹਾਰਾਜ ਨੂੰ ਖਾਣਾ ਛਕਾਇਆ, ਫਿਰ ਬੇਨਤੀ ਕੀਤੀ ਸਾਡੇ ਉਜਾੜ ਖੇਤ ਮੁਰੱਬੇ ਇਹ ਵੀ ਆਬਾਦ ਹੋ ਜਾਣ ਤੁਹਾਡੇ ਚਰਨਾਂ ਦੀ ਛੂਹ ਸਦਕਾ, ਤੁਸੀਂ ਇੱਥੇ ਵੱਸ ਜਾਓ। ਉਹਨਾਂ ਨੇ ਮਿੰਨਤਾਂ ਕੀਤੀਆਂ ਤਾਂ ਕਰਤਾਰਪੁਰ ਜਿਹੜੀ ਜ਼ਮੀਨ, ਜਿਹੜਾ ਕਰਤਾਰਪੁਰ ਵਸਾਇਆ ਮਹਾਰਾਜ ਨੇ, ਇਹ ਅਜਿੱਤੇ ਰੰਧਾਵੇ ਦੀ ਦੇ ਮੁਰੱਬਿਆਂ ਦੇ ਵਿੱਚੋਂ ਜ਼ਮੀਨ ਸੀ। ਤੋ ਅਫਜ਼ਲ ਅਹਿਸਨ ਰੰਧਾਵਾ ਕਹਿੰਦੇ ਤੁਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਹੋ? ਤੁਸੀਂ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹੀ ਕਦੇ? ਅਸੀਂ ਛੂਹੇ, ਉਹਨਾਂ ਨੂੰ ਲਿਬਾਸ ਪਹਿਨਾਇਆ, ਖਾਣਾ ਖਵਾਇਆ, ਇਸ਼ਨਾਨ ਕਰਵਾਇਆ, ਅਤੇ ਉਹ ਖੂਹ ਅਜੇ ਮੌਜੂਦ। ਮੈਂ ਉਹ ਖੂਹ ਦੇ ਦਰਸ਼ਨ ਕਰਕੇ ਆਇਆ, ਤੁਸੀਂ ਵੀ ਕਦੀ ਜਦੋਂ ਸਬੱਬ ਮਿਲੇ ਤਾਂ ਉਸ ਖੂਹ ਦੇ ਦਰਸ਼ਨ ਕਰੋ, ਚੋਲਾ ਵੀ ਉੱਥੀ ਹੈ। ਇਹ ਨੇ ਯਾਦਾਂ ਜਿਹਨਾਂ ਲੋਕਾਂ ਦੇ ਦਿਲਾਂ 'ਚੋਂ ਨਾ ਮਿਟੀਆਂ ਨਾ ਮਿਟਣਗੀਆਂ। ਗੱਲ ਕਰਨ ਦਾ ਸਟਾਈਲ ਕਿਹੋ ਜਿਹਾ ਹੋਵੇ ਇਹ ਵੀ ਚਲੋ ਸੁਣਾ ਦੇਣਾ, ਮੈਨੂੰ ਵੈਸੇ ਯਾਦ ਆ ਗਿਆ ਵਿੱਚ ਦੀ। ਇੱਕ ਦਿਨ ਟੈਲੀਵਿਜ਼ਨ 'ਤੇ ਰੇਸ਼ਮਾ ਦੀ ਇੰਟਰਵਿਊ ਆ ਰਹੀ ਸੀ। ਹੁਣ ਤੁਸੀਂ ਦੇਖੋ, ਰੇਸ਼ਮਾ ਬਾਗੜੀ ਲੋਹਾਰਾਂ ਦੀ ਕੁੜੀ ਸੀ, ਵਡੇਰੇ ਇਹਨਾਂ ਦੇ 47 'ਚ ਰਾਜਸਥਾਨ 'ਚੋਂ ਗਏ ਸਨ ਪਾਕਿਸਤਾਨ 'ਚ, ਅਨਪੜ੍ਹ, ਮਸਾਂ ਔਖੀ ਸੌਖੀ ਹੋ ਕੇ ਉਹਨੇ ਵੀ ਪੇਮੈਂਟਾਂ ਲੈਣੀਆਂ ਨੇ, ਆਪਣੇ ਦਸਖਤ ਕਰਨੇ ਸਿੱਖੇ ਸੀ, ਹੋਰ ਉਹਨੂੰ ਨਹੀਂ ਆਉਂਦਾ ਸੀ ਕੁਛ, ਕੋਹਰੀ ਅਨਪੜ੍ਹ। ਉਹਦੀ ਇੰਟਰਵਿਊ ਆ ਰਹੀ, ਐਂਕਰ ਪੁੱਛਣ ਲੱਗਿਆ ਕਿਹੜਾ ਵੱਡਾ ਗਾਇਕ ਤੁਹਾਨੂੰ ਚੰਗਾ ਲੱਗਿਆ? ਉਹ ਕਹਿੰਦੀ ਸਾਰੇ ਚੰਗੇ ਲੱਗਦੇ ਨੇ। ਨਹੀਂ ਨਹੀਂ ਕਿਸੇ ਇੱਕ ਦਾ ਨਾਂ ਲਓ। ਉਹ ਕਹਿੰਦੀ ਇੱਕ ਨਾਂ ਤਾਂ ਅੱਲਾ ਪਰਵਰਦਗਾਰ ਦਾ,
ਉਸੇ ਦਾ ਨਾਂ ਤਾਂ ਲੈਂਦੀ ਹਾਂ, ਉਸੇ ਦਾ ਦਿੱਤਾ ਤਾਂ ਖਾਂਦੀ ਹਾਂ ਮੈਂ। ਐਂਕਰ ਕਹਿੰਦਾ ਨਹੀਂ ਨਹੀਂ ਰੱਬ ਦਾ ਨਾਂ ਨਹੀਂ ਮੈਂ ਪੁੱਛਿਆ, ਗਾਇਕ ਦਾ ਨਾਂ, ਕਿਸੇ ਇੱਕ ਗਾਇਕ ਦਾ ਨਾਂ ਲਓ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਹੋਵੇ। ਉਹ ਕਹਿੰਦੀ ਜੇ ਬਜ਼ਿੱਦੋ ਤਾਂ ਇੱਕ ਨਹੀਂ ਦੋ ਨਾਂ ਲਵਾਂਗੀ, ਇੱਕ ਮਲਕਾ ਏ ਤਰਾਨਮ ਨੂਰ ਜਹਾਨ, ਦੂਸਰੀ ਲਤਾ ਮੰਗੇਸ਼ਕਰ। ਮੈਂ ਬਾਲੜੀ ਹੁੰਦੀ ਸਾਂ, ਇਹਨਾਂ ਦੋਵਾਂ ਦੇ ਪੱਥਰ ਦੇ ਤਵੇ ਵੱਜਦੇ ਹੁੰਦੇ ਸਨ, ਮੈਂ ਨਕਲ ਕਰਦੀ ਰਹਿੰਦੀ, ਇਹਨਾਂ ਨੂੰ ਸੁਣ ਸੁਣ ਕੇ ਗਾਉਂਦੀ ਰਹਿੰਦੀ। ਗੁਆਂਢੀ ਕਹਿੰਦੇ ਤੂੰ ਗਾ ਸਕਦੀ ਹੈ, ਮਾਪਿਆਂ ਨੂੰ ਆਖਿਆ ਕਿ ਇਹਨੂੰ ਉਸਤਾਦਾਂ ਕੋਲ ਭੇਜੋ। ਉਸਤਾਦਾਂ ਕੋਲ ਮੈਂ ਚਲੀ ਗਈ, ਉਸਤਾਦਾਂ ਨੇ ਸਿਖਾਉਣਾ ਸ਼ੁਰੂ ਕੀਤਾ, ਮੈਂ ਸਿੱਖਣਾ ਸ਼ੁਰੂ ਕੀਤਾ, ਰਿਆਜ਼ ਕਰਦੀ ਰਹੀ। ਅੱਜ ਤੁਸਾਂ ਲੋਕਾਂ ਨੇ ਮੈਨੂੰ ਮਨਜ਼ੂਰ ਕਰ ਲਿਆ। ਹੁਣ ਸਟਾਈਲ ਦੇਖੋ ਗੱਲ ਕਰਨ ਦਾ, ਅੱਜ ਮੁਕਾਮ ਇਹ ਵੇ ਕਿ ਮੇਰਾ ਇੱਕ ਗੀਤ ਮੇਰਿਆਂ ਸੁਰਾਂ 'ਚ ਮਲਕਾ ਤਰਾਨਮ ਨੇ ਗਾਇਆ, ਮੇਰਾ ਦੂਜਾ ਗੀਤ ਮੇਰਿਆਂ ਸੁਰਾਂ 'ਚ ਲਤਾ ਮੰਗੇਸ਼ਕਰ ਨੇ ਗਾਇਆ। ਇਹਦਾ ਮਤਲਬ ਇਹ ਨਹੀਂ ਕਿ ਮੈਂ ਵੱਡੀ ਹੋ ਗਈ ਹਾਂ, ਦਰਅਸਲ ਛੋਟਿਆਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਵੱਡਿਆਂ ਦੇ ਆਪਣੇ ਤਰੀਕੇ ਹੁੰਦੇ ਨੇ। ਅਨਪੜ੍ਹ ਕੁੜੀ ਹੈ ਇਹ, ਆਪਣੀ ਇੱਜ਼ਤ ਹੈ ਜਿਹੜੀ ਉਹ ਵੀ ਬਰਕਰਾਰ ਰੱਖਦੀ ਹੈ, ਆਪਣੀ ਤਾਕਤ ਵੀ ਦੱਸ ਰਹੀ ਹੈ, ਲੇਕਿਨ ਵੱਡਿਆਂ ਨੂੰ ਯਾਦ ਕਿਵੇਂ ਕਰ ਰਹੀ ਹੈ? ਇਹ ਜੇ ਆਪਾਂ ਨੂੰ ਪਤਾ ਲੱਗ ਜੇ ਆਪਣਾ ਕੱਦ ਵੀ ਉੱਚਾ ਹੋ ਜੇ। ਬੋਲ ਦੋ ਤਿੰਨ ਤੁਹਾਨੂੰ ਸੁਣਾਉਣੇ ਨੇ ਰਾਏ ਬੁਲਾਰ ਖਾਨ ਸਾਹਿਬ ਦੇ। ਰਾਏ ਬੁਲਾਰ ਖਾਨ ਸਾਹਿਬ ਪਿਤਾ ਮਹਿਤਾ ਕਲਿਆਣ ਰਾਏ ਦੇ ਜਮਾਤੀ ਵੀ ਸਨ, ਦੋਸਤ ਵੀ। ਜਮਾਤੀ ਨੂੰ ਅਤੇ ਦੋਸਤ ਨੂੰ ਆਪਣੇ ਮੁਰੱਬਿਆਂ ਦੇ ਪ੍ਰਬੰਧ ਕਰਨ ਵਾਸਤੇ ਪਟਵਾਰੀ ਦੀ ਨਿਯੁਕਤੀ ਰਾਏ ਬੁਲਾਰ ਖਾਨ ਸਾਹਿਬ ਨੇ ਕੀਤੀ ਸੀ। ਸੱਪ ਦੀ ਛਾਂ ਕੀਤੀ ਹੋਈ ਦੇਖੀ ਸੀ, ਕੁਛ ਹੋਰ ਚੀਜ਼ਾਂ ਦੇਖੀਆਂ। ਰਾਏ ਬੁਲਾਰ ਖਾਨ ਸਾਹਿਬ ਨੂੰ ਪਤਾ ਲੱਗਿਆ ਕਿ ਇਹ ਬੱਚਾ ਆਮ ਨਹੀਂ। ਆਪਾਂ ਨੂੰ ਸਾਖੀ ਪਤਾ, ਸੱਚੇ ਸੌਦੇ ਵਾਲੀ, ਉਹ ਸੱਚੇ ਸੌਦੇ ਵਾਲੀ ਸਾਖੀ ਨੂੰ ਖਰਾ ਸੌਦਾ ਲਿਖਿਆ ਸਾਖੀ, ਜਨਮ ਸਾਖੀ 'ਚ। ਕੁਛ ਪ੍ਰਚਾਰਕ ਅਤੇ ਕੀਰਤਨੀ ਦੱਸਦੇ ਨੇ ਕਿ ਲੰਗਰ ਦੀ ਸ਼ੁਰੂਆਤ ਉਹਨਾਂ 20 ਰੁਪਈਆਂ ਨਾਲ ਹੋਈ। ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਬਗਾਨੀ ਕਮਾਈ ਸੀ ਉਹ, ਬਗਾਨੀ ਕਮਾਈ ਨਾਲ ਲੰਗਰ ਸ਼ੁਰੂ ਕਰਨ ਦੇ ਹੱਕ 'ਚ ਨਹੀਂ ਸਨ ਮਹਾਰਾਜ, ਲੰਗਰ ਕਰਤਾਰਪੁਰ ਸ਼ੁਰੂ ਹੋਇਆ ਸੀ। ਰਾਏ ਬੁਲਾਰ ਖਾਨ ਸਾਹਿਬ ਦੀ ਗੱਲ ਤਾਂ ਸੁਣਾਉਣੀ ਸੁਣਾਉਣੀ ਹੈ, ਲੇਕਿਨ ਲੰਗਰ ਅਤੇ ਕਰਤਾਰਪੁਰ ਸ਼ੁਰੂ ਹੋਇਆ ਇਹਦੇ ਬਾਰੇ ਵੀ ਤੁਹਾਨੂੰ ਇੱਕ ਘਟਨਾ ਮੈਨੂੰ ਯਾਦ ਆ ਗਈ ਪਰਸਨਲ। ਮੇਰੇ ਸੀਨੀਅਰ ਕੁਲੀਗ ਹੁੰਦੇ ਸਨ ਹੈੱਡ ਆਫ ਦਾ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ ਮਹਿੰਦਰਪਾਲ ਕੋਹਲੀ, ਹਿੰਦੂ ਸਨ, ਪ੍ਰੋਫੈਸਰ ਸਨ ਪੰਜਾਬੀ ਦੇ, ਡਾਇਰੈਕਟਰ ਸਨ ਐਜੂਕੇਸ਼ਨ ਉਹ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ। ਇੱਕੋ ਹੀ ਧੀ ਸੀ ਉਹਨਾਂ ਦੀ, ਉਹ ਉਹਨਾਂ ਦਾ ਹਸਬੈਂਡ ਜਾਣੀ ਕਿ ਜਵਾਈ ਦੂਰ ਵੱਸਦਾ ਸੀ, ਅਤੇ ਫਿਰ ਉਹ ਇੱਕੋ ਬੇਟੀ ਸੀ, ਰਿਟਾਇਰਮੈਂਟ ਤੋਂ ਬਾਅਦ ਫਿਰ ਉਹ ਆਸਾਮ 'ਚ ਆਪਣੀ ਧੀ ਕੋਲ ਚਲੇ ਗਏ। ਕਦੀ ਕਦਾਈ ਮੈਨੂੰ ਚਿੱਠੀ ਲਿਖਦੇ ਹੁੰਦੇ ਸੀ। ਇੱਕ ਚਿੱਠੀ 'ਚ ਲਿਖਿਆ ਉਹਨਾਂ ਨੇ, ਪਿਆਰੇ ਪੰਨੂ, ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ, ਸਵੇਰ ਸਾਰ ਉੱਠਿਆ, ਇਸ਼ਨਾਨ ਕੀਤਾ, ਗੁਰਦੁਆਰਾ ਸਾਹਿਬ ਗਿਆ, ਸੇਵਾ ਕੀਤੀ, ਲੰਗਰ ਵਰਤਾਇਆ, ਲੰਗਰ ਛਕਿਆ, ਸਾਰਾ ਦਿਨ ਚੰਗਾ ਲੰਘਿਆ, ਤੂੰ ਯਾਦ ਆਇਆ, ਸੋਚਿਆ ਤੈਨੂੰ ਜੋ ਮੇਰੇ ਦਿਲ 'ਚ ਅਹਿਸਾਸ ਪੈਦਾ ਹੁੰਦਾ ਰਿਹਾ ਉਹ ਗੱਲ ਸੁਣਾਵਾਂ, ਸ਼ਾਇਦ ਤੈਨੂੰ ਚੰਗੀ ਲੱਗੇ। 2500 ਸਾਲ ਪਹਿਲੋਂ ਇਹ ਚਿੱਠੀ 'ਚ ਲਿਖਿਆ ਹੈ, 2500 ਸਾਲ ਪਹਿਲੋਂ ਕਪਿਲ ਵਸਤੂ ਦੀ ਰਿਆਸਤ 'ਚੋਂ ਇੱਕ ਜਵਾਨ ਨਿਕਲਿਆ, ਹੱਥ 'ਚ ਮੰਗਤਿਆਂ ਦਾ ਠੂਠਾ ਫੜਿਆ ਅਤੇ ਮੰਗਣ ਲੱਗ ਗਿਆ, ਪੂਰੇ ਦਾ ਪੂਰਾ ਇੱਕ ਰਾਸ਼ਟਰ ਮੰਗਤਿਆਂ ਦਾ ਰਾਸ਼ਟਰ ਬਣਾ ਦਿੱਤਾ। ਭਿੱਖੂ ਮੈਨੇ ਮੰਗਤਾ ਹੁੰਦਾ, ਭੀਖ ਮੰਗਣ ਵਾਲਾ। ਕਹਿੰਦੇ ਉਹਦੇ ਤੋਂ 2000 ਸਾਲ ਬਾਅਦ, ਅੱਜ ਤੋਂ 500 ਸਾਲ ਪਹਿਲੋਂ ਤਲਵੰਡੀ ਪਿੰਡ 'ਚ ਇੱਕ ਬੱਚਾ ਪੈਦਾ ਹੋਇਆ, ਜਵਾਨ ਹੋਇਆ, ਬੰਦਗੀ ਕੀਤੀ, ਪਿਛਲੀ ਉਮਰੇ ਜ਼ਮੀਨ ਲਈ, ਹਲ ਵਾਹਿਆ, ਮੱਝਾਂ ਪਾਲੀਆਂ, ਖੀਰ ਦਾ ਕੜਾਹਾ ਤਿਆਰ ਕਰਕੇ ਕਟੋਰਾ ਹੱਥ 'ਚ ਮੈਨੂੰ ਫੜਾ ਕੇ ਕਿਹਾ, ਨਾਲੇ ਲੋੜਵੰਦਾਂ ਨੂੰ ਛਕਾ, ਨਾਲੇ ਆਪ ਛਕ। ਮੰਗਤਿਆਂ ਦੇ ਰਾਸ਼ਟਰ ਨੂੰ ਉਸ ਸ਼ਖਸ ਨੇ ਦਾਤਿਆਂ ਦੇ ਰਾਸ਼ਟਰ 'ਚ ਬਦਲ ਦਿੱਤਾ। ਇੱਕ ਸ਼ਖਸ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ। ਹਿਸਟਰੀ ਪੜ੍ਹਾਉਂਦਾ ਹੋਇਆ ਮੈਂ ਇਹ ਦੱਸਦਾ ਹੁੰਦਾ ਕਿ ਆਪਾਂ ਜੱਜ ਕਿਵੇਂ ਕਰੀਏ, ਫਲਾਣਾ ਚੰਗਾ ਸੀ, ਫਲਾਣਾ ਮਾੜਾ ਸੀ, ਜਨਮ ਵੇਲੇ ਦੁਨੀਆ ਕਿਹੋ ਜਿਹੀ ਸੀ, ਜਦੋਂ ਦੇਹਾਂਤ ਹੋਇਆ ਤਾਂ ਦੁਨੀਆ ਕਿਹੋ ਜਿਹੀ ਹੋ ਗਈ, ਉਹਦੇ ਤੋਂ ਬਾਅਦ ਦੁਨੀਆ ਨੇ ਕੋਈ ਅਸਰ ਕਬੂਲਿਆ ਕਿ ਨਾ, ਇਹ ਜੱਜਮੈਂਟ ਹੁੰਦੀ ਹੈ ਆਪਣੀ।
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਜਹਾਨ ਹੋਰ ਤਰ੍ਹਾਂ ਦਾ ਜਹਾਨ ਸੀ। ਉਹਨਾਂ ਤੋਂ ਬਾਅਦ ਸ੍ਰਿਸ਼ਟੀ ਦਾ ਪੇੜਾ ਉਹਨਾਂ ਨੇ ਜਦੋਂ ਗੁੰਨਿਆ ਨਵੇਂ ਸਿਰੇ ਤੋਂ ਤਾਂ ਸੰਸਾਰ ਨਵਾਂ ਹੋ ਗਿਆ। ਜਦੋਂ ਪਤਾ ਲੱਗਿਆ ਨਾ ਪਿਤਾ ਜੀ ਨੂੰ 20 ਰੁਪਈਆਂ ਵਾਲਾ, ਪਹਿਲੋਂ ਆਪਣੇ ਬੇਟੇ ਦੀ ਝਾੜ ਝੰਬ ਨਹੀਂ ਕੀਤੀ, ਭਾਈ ਬਾਲਾ ਜੀ ਦੇ ਘਰ ਗਏ, ਭਾਈ ਬਾਲਾ ਜੀ ਨੂੰ ਨਾਲ ਤੋਰਿਆ ਸੀ, ਆਪਣੇ ਬੇਟੇ ਦੇ ਸੁਭਾਅ ਦਾ ਪਤਾ ਸੀ ਬਾਪੂ ਨੂੰ ਕਿ 20 ਰੁਪਈਏ ਕਿਤੇ ਨੁਕਸਾਨ ਨਾ ਹੋ ਜਾਵੇ। ਉਹ 4 ਸਾਲ ਵੱਡਾ ਵੀ ਹੈ ਅਤੇ ਜ਼ਿੰਮੇਵਾਰ ਵੀ ਹੈ ਬਾਲਾ। ਭਾਈ ਬਾਲਾ ਜੀ ਨੂੰ ਨਾਲ ਭੇਜਿਆ ਸੀ, ਭਾਈ ਬਾਲਾ ਜੀ ਦੇ ਘਰ ਗਏ, ਭਾਈ ਬਾਲਾ ਜੀ ਨੂੰ ਕਹਿੰਦੇ ਕੀ ਕੀਤਾ ਅੱਜ? ਉਹ ਕਹਿੰਦੇ ਜੀ ਅਸਾਂ ਤਾਂ ਬਹੁਤ ਰੋਕੇ ਸੀ, ਆ ਸਾਡੀ ਤਾਂ ਗੱਲ ਹੀ ਨਹੀਂ ਸੁਣੀ। ਕਹਿਣ ਲੱਗੇ ਇਹ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ, ਮਿੱਠੇ ਬੋਲ ਸੁਣਾਂਗੇ, ਮਿੱਠੇ ਬੋਲਾਂ ਤੋਂ ਵੱਧ ਕੀਮਤੀ ਰੁਪਈਆ ਧਨ ਅੰਨ ਕੁਛ ਨਹੀਂ ਹੁੰਦਾ, ਪਰਵਾਹ ਨਾ ਕਰੋ ਪੈਸਿਆਂ ਪੂਸਿਆਂ ਦੀ। ਔਲਾਦ ਤੇ ਜੀ ਸਾਰੀ, ਮੈਂ ਤਾਂ ਬਹੁਤ ਰੋਕੇ ਸੀ, ਮੇਰੀ ਜਦੋਂ ਮੰਨੀ ਨਹੀਂ ਮੈਂ ਕੀ ਕਰਾਂ? ਪਿਤਾ ਜੀ ਕਹਿੰਦੇ ਨਾਨਕ ਹੈ ਕਿੱਥੇ ਇਸ ਵੇਲੇ? ਜੀ ਪਿੰਡ ਦੇ ਬਾਹਰ ਤਲਾਬ ਦੇ ਕਿਨਾਰੇ ਕਰਤਾਰ ਦਾ ਨਾਂ ਲੈ ਰਿਹਾ ਹੈ। ਤੇਜ਼ ਕਦਮੀ ਪਿਤਾ ਜਦੋਂ ਪਿੰਡ ਦੇ ਬਾਹਰ ਤਲਾਬ ਵੱਲ ਤੁਰਿਆ, ਬੇਬੇ ਨਾਨਕੀ ਤੇਜ਼ੀ ਨਾਲ ਪਿੱਛੇ ਪਿੱਛੇ ਚੱਲੀ। ਪਿਤਾ ਨੂੰ ਆਉਂਦਿਆਂ ਦੇਖ ਕੇ ਬਾਬਾ ਅਦਬ ਨਾਲ ਖਲੋਏ ਗਿਆ, ਨਜ਼ਦੀਕ ਆ ਕੇ ਪੁੱਛਿਆ ਕੀ ਕੀਤਾ ਉਸ 20 ਰੁਪਈਆਂ ਦਾ? ਬਾਬੇ ਕਹਿਆ ਜੀ ਖਰਾ ਸੌਦਾ ਕਰਨ ਲਈ ਆਖਿਆ ਸੀ ਨਾ, ਖਰਾ ਸੌਦਾ ਕਰ ਆਏ ਹਾਂ, ਭੁੱਖੇ ਸਾਧੂਆਂ ਨੂੰ ਭੋਜਨ ਕਰਾ ਦਿੱਤਾ। ਸੱਜੇ ਹੱਥ ਨਾਲ ਖੱਬੀ ਗੱਲ ਉੱਤੇ, ਖੱਬੇ ਹੱਥ ਨਾਲ ਸੱਜੀ ਗੱਲ ਉੱਤੇ 2 ਥੱਪੜ ਰਸੀਦ ਕੀਤੇ। ਨਾਨਕੀ ਨੇ ਪਿਤਾ ਦਾ ਹੱਥ ਫੜ ਕੇ ਕਿਹਾ ਪਿਤਾ ਜੀ ਘਰ ਚੱਲੀ। ਵਿਦਿਆਰਥੀਓ, ਮੈਂ ਇਹ ਵਾਕ ਪੜ੍ਹ ਕੇ ਅੱਗੇ ਨਹੀਂ ਗਿਆ, ਰੁਕਿਆ, ਪਿਤਾ ਜੀ ਘਰ ਚੱਲੀ। ਸੰਸਾਰ ਦੇ ਸਾਰੇ ਧਰਮ ਗ੍ਰੰਥਾਂ 'ਚ ਇਹ ਲਿਖਿਆ ਹੋਇਆ ਕਿ ਇਹ ਧਰਤੀ ਸਾਡਾ ਘਰ ਨਹੀਂ ਹੈ, ਸਰਾਂ ਹੈ, ਸਾਡਾ ਘਰ ਕਿਤੇ ਹੋਰ ਹੈ। ਕਰਮਾਂ ਵਾਲਿਆਂ ਨੂੰ ਉਹ ਘਰ ਨਸੀਬ ਹੋਊ। ਜਿਨ੍ਹਾਂ ਨੂੰ ਇਹ ਘਰ ਨਸੀਬ ਹੋਇਆ ਸੀ, ਬਾਕੀ ਬਹੁਤ ਸਾਰੇ ਹੋਰ ਲੋਕ ਸਨ, ਪਿਤਾ ਨੂੰ ਇਹ ਘਰ ਨਸੀਬ ਨਹੀਂ ਹੋਇਆ ਸੀ। ਪਿਤਾ ਜੀ ਬੁਰੇ ਨਹੀਂ ਸਨ, ਵੱਖਰੀ ਤਰ੍ਹਾਂ ਦੇ ਸਨ। ਪਿਤਾ ਜੀ ਉਹੋ ਜਿਹੇ ਸਨ ਜਿਹੋ ਜਿਹਾ ਮੈਂ ਹਾਂ ਅਤੇ ਜਿਹੋ ਜਿਹਾ ਆਪਾਂ ਸਾਰੇ ਹਾਂ। ਪੰਜਾਬ ਵਾਸੀਆਂ ਬਾਰੇ ਇੱਕ ਅਖਾਣ ਸੁਣਿਆ ਮੈਂ ਕਿ ਪੰਜਾਬ ਦੇ ਲੋਕ ਜੇ ਉਹਨਾਂ ਦਾ ਬੇਟਾ ਡਾਕੂ ਬਣ ਜਾਵੇ ਤਾਂ ਬਰਦਾਸ਼ਤ ਕਰ ਲੈਂਦੇ ਨੇ, ਜੇ ਸਾਧ ਹੋ ਜਾਵੇ ਉਹ ਬਰਦਾਸ਼ਤ ਨਹੀਂ ਹੁੰਦਾ। ਤਾਂ ਡਾਕੂ ਤੋਂ ਵੀ ਬਦਤਰ ਹੁੰਦਾ ਸਾਧ ਮਾਪਿਆਂ ਵਾਸਤੇ। ਡਾਕੂ ਤਾਂ ਫਿਰ ਵੀ ਕੁਛ ਨਾ ਕੁਛ ਲੈ ਕੇ ਹੀ ਆਊਗਾ, ਸਾਧ ਨੇ ਕੁਛ ਨਹੀਂ ਲਿਆਉਣਾ। ਤੋ ਰਾਏ ਬੁਲਾਰ ਖਾਨ ਸਾਹਿਬ ਨੂੰ ਪਤਾ ਲੱਗਿਆ, ਨੌਕਰ ਭੇਜਿਆ, ਮਹਿਤਾ ਨੂੰ ਹਵੇਲੀ ਬੁਲਾ ਕੇ ਲਿਆਓ। ਪਿਤਾ ਸਮਝਦੇ ਸੀ ਵੀ ਨਾਰਾਜ਼ ਹੋਣਗੇ, ਸੁਨੇਹਾ ਭਿਜਵਾ ਤਾਂ ਘਰ ਨਹੀਂ ਹਨ। ਨੌਕਰ ਜਾ ਕੇ ਕਹਿੰਦਾ ਜੀ ਘਰ ਨਹੀਂ ਹਨ। ਰਾਏ ਕਹਿਆ ਕਿੱਡਾ ਕੋ ਪਿੰਡ ਹੈ ਤਲਵੰਡੀ, ਕਿੱਥੇ ਗਏ ਹੋਣਗੇ? 2 ਨੌਕਰ ਭੇਜੇ, ਕਿਹਾ ਜਿੱਥੇ ਵੀ ਹਨ ਲੱਭ ਕੇ ਲਿਆਓ, ਔਰ ਬਾਬਾ ਨਾਨਕ ਨੂੰ ਨਾਲ ਲੈ ਕੇ ਆਉਣਾ। ਪਿਓ ਪੁੱਤਰ ਦੋਵੇਂ ਹਵੇਲੀ ਪਹੁੰਚੇ, ਬਾਬਾ ਜੀ ਨੂੰ ਛਾਤੀ ਨਾਲ ਲਾਇਆ। ਪਹਿਲਾ ਵਾਕ, ਮਹਿਤਾ ਤੁਸਾਂ ਨੂੰ ਸਖ਼ਤ ਤਾਕੀਦ ਕੀਤੀ ਸੀ ਗੱਲ ਕਰਨ ਵੇਲੇ ਇਸ ਬੱਚੇ ਨਾਲ ਉੱਚੀ ਸੁਰ ਵਿੱਚ ਨਹੀਂ ਬੋਲਣਾ, ਅੱਜ ਤਾਂ ਤੁਸੀਂ ਜ਼ਿਆਦਤੀ ਕੀਤੀ। ਪਿਤਾ ਨੇ ਕਿਹਾ ਜੀ ਪੜ੍ਹਨ ਭੇਜਿਆ ਸੀ ਪੜ੍ਹਦਾ ਨਹੀਂ, ਪਸ਼ੂ ਚਾਰਨ ਭੇਜਿਆ ਪਸ਼ੂਆਂ ਵਿੱਚ ਧਿਆਨ ਨਹੀਂ, ਸੋਚਿਆ ਕੱਖ ਨਹੀਂ ਕਰਨ ਵਾਲਾ ਕਿਸੇ ਕੰਮ ਦਾ ਨਹੀਂ, ਹੱਟੀ ਖਲਵਾ ਦਿੰਦੇ ਹਾਂ, 20 ਰੁਪਈਏ ਉਜਾੜ ਆਇਆ। ਨੌਕਰ ਨੂੰ ਕਿਹਾ ਅੰਦਰ ਬੇਗਮ ਸਾਹਿਬਾ ਪਾਸੋਂ 20 ਰੁਪਈਏ ਲੈ ਕੇ ਆਓ। ਨੌਕਰ 20 ਰੁਪਈਏ ਲੈ ਆਇਆ। ਲਓ ਮਹਿਤਾ ਤੁਸਾਂ ਦਾ ਘਾਟਾ ਪੂਰਾ ਕਰਦੇ ਹਾਂ। ਪਿਤਾ ਨੇ ਕਿਹਾ ਜੀ ਪੈਸੇ ਤੁਸਾਂ ਦੇ ਹੋਏ ਕਿ ਅਸਾਂ ਦੇ, ਇਸ ਵਿੱਚ ਕੀ ਫਰਕ? ਰਾਏ ਕਹਿਆ ਜੇ ਇਸ ਵਿੱਚ ਕੋਈ ਫਰਕ ਨਹੀਂ ਫਿਰ ਅੱਜ ਜ਼ੁਲਮ ਕਾਸ ਲਈ ਕੀਤਾ ਸਾਈ ਫਰਿਸ਼ਤੇ ਉੱਪਰ? ਫਰਿਸ਼ਤਾ ਲਫ਼ਜ਼ ਵਰਤਿਆ ਹੈ। ਜੇ ਪੈਸਿਆਂ ਦੀ ਕੋਈ ਗੱਲ ਨਹੀਂ ਸੀ ਫਿਰ ਜ਼ੁਲਮ ਕਾਸ ਲਈ ਕੀਤਾ ਸਹੀ ਅੱਜ ਫਰਿਸ਼ਤੇ ਉੱਪਰ? ਪਿਤਾ ਨੇ ਕਿਹਾ ਜੀ ਅੱਜ 20 ਰੁਪਈਆਂ ਦਾ ਨੁਕਸਾਨ ਕਰਕੇ ਆਇਆ ਹੈ, ਕੱਲ੍ਹ ਨੂੰ ਵੱਡਾ ਨੁਕਸਾਨ ਕਰੇਗਾ, ਪਿਤਾ ਹੋਣ ਦੇ ਨਾਤੇ ਮੈਨੂੰ ਆਪਣੀ ਔਲਾਦ ਨੂੰ ਜ਼ਿੰਮੇਵਾਰੀ ਸਿਖਾਉਣ ਦਾ ਵੀ ਕੋਈ ਹੱਕ ਨਹੀਂ। ਰਾਏ ਕਹਿਆ ਜੋ ਤੁਸਾਂ ਨੂੰ ਦਿਸਦਾ ਨਹੀਂ ਆਰ ਸਾਨੂੰ ਸਾਫ਼ ਦਿਖਾਈ ਦਿੰਦਾ ਹੈ, ਕੁੱਲ ਦੁਨੀਆ ਦੀ ਦੌਲਤ ਦਾ ਦਰਿਆ ਇਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਉਂਦਾ ਸਾਫ਼ ਦਿਖਾਈ ਦਿੰਦਾ। ਆਈ ਰਿਪੀਟ
ਦਿਸ ਸੈਂਟੈਂਸ, ਮੈਂ ਤਾਂ ਜੋ ਤੁਸਾਨੂੰ ਦਿਸਦਾ ਨਹੀਂ ਆਰਾ ਸਾਨੂੰ ਸਾਫ਼ ਦਿਖਾਈ ਦਿੰਦਾ ਹੈ। ਕੁੱਲ ਦੁਨੀਆ ਦੀ ਦੌਲਤ ਦਾ ਦਰਿਆ ਇਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਉਂਦਾ ਸਾਫ਼ ਦਿਖਾਈ ਦਿੰਦਾ। ਮੈਂ ਤਾਂ ਤੁਸੀਂ ਹਿੰਦੂ ਹੋ ਔਰ ਮੈਂ ਮੁਸਲਮਾਨ, ਇਸ ਕਰਕੇ ਚੁੱਪ ਹਾਂ ਕਿ ਤੁਹਾਡਾ ਭਾਈਚਾਰਾ ਚਰਚਾ ਕਰੇਗਾ, ਨਹੀਂ ਤਾਂ ਕਈ ਵਾਰ ਦਿਲ ਵਿੱਚ ਖਿਆਲ ਆਇਆ ਕਿ ਇਸ ਬੱਚੇ ਨੂੰ ਤੁਹਾਡੇ ਘਰੋਂ ਆਪਣੀ ਹਵੇਲੀ ਵਿੱਚ ਲੈ ਆਵਾਂ। ਮੈਂ ਤਾਂ ਤੁਸੀਂ ਇਸ ਨੂੰ ਪੁੱਤਰ ਕਰਕੇ ਜਾਣਦੇ ਹੋ, ਅਸੀਂ ਜਾਣਦੇ ਹਾਂ ਖੁਦਾਵੰਦ ਕਰੀਮ ਇਸ ਰਾਹੀਂ ਧਰਤੀ ਉੱਪਰ ਅਸਾਂ ਨਾਲ ਗੱਲਾਂ ਕਰਨ ਆਇਆ ਹੈ। ਆਖਰੀ ਵਾਕ, ਮੈਂ ਤਾਂ ਇਸੇ ਸਦਕਾ ਮੇਰੀ ਤਲਵੰਡੀ ਵੱਸਦੀ ਹੈ। ਕੋਈ ਮੁੱਲ ਹੈ ਨਾ ਵਾਕਾਂ ਦਾ, ਇੱਕ ਇੱਕ ਵਾਕ ਦੇ ਚਰਨਾਂ 'ਚ ਕਰੋੜ ਕਰੋੜ ਰੁਪਈਆ ਰੱਖਦੀ ਉਹ ਛੋਟਾ ਹੈ। ਜਿਨ੍ਹਾਂ ਨੇ ਮਹਾਰਾਜ ਨੂੰ ਜਾਣ ਲਿਆ ਉਹ ਇਹੋ ਜਿਹੇ ਹੋ ਗਏ। ਮੈਂ ਈਰਾਨ ਦਾ ਵਿਜ਼ਿਟਿੰਗ ਪ੍ਰੋਫੈਸਰ ਹਾਂ, ਤਿੰਨ ਥਾਂ 'ਤੇ ਗੁਰਦੁਆਰੇ ਨੇ, ਸਭ ਤੋਂ ਵੱਡਾ ਗੁਰਦੁਆਰਾ ਤਹਿਰਾਨ 'ਚ, ਭਾਈ ਮਰਦਾਨਾ ਜੀ ਸਮੇਤ ਮਹਾਰਾਜ ਨੇ ਇੱਥੇ ਰਾਤ ਕੱਟੀ ਸੀ। ਇਤਿਹਾਸਕ ਗੁਰਦੁਆਰਾ ਹੈ, ਸ਼ਾਨਦਾਰ ਗੁਰਦੁਆਰਾ ਤਾਂ ਹਰੇਕ ਹੀ ਸ਼ਾਨਦਾਰ ਹੈ, ਲੇਕਿਨ ਇਸ ਗੁਰਦੁਆਰੇ ਦੇ ਕੋਈ ਲਗਭਗ ਅੱਧਾ ਪੌਣਾ ਕਿਲੋਮੀਟਰ ਦੂਰ ਮੈਟਰੋ ਸਟੇਸ਼ਨ ਵਾਲੇ ਪਾਸੇ ਇੱਕ ਗੇਟ ਬਣਿਆ ਹੈ। ਉਹ ਗੇਟ ਇੰਨਾ ਸੋਹਣਾ, ਮੈਂ ਦੇਰ ਤੱਕ ਖਲੋਤਾ ਗੇਟ ਦੇਖਦਾ ਰਿਹਾ। ਉੱਥੋਂ ਦੇ ਪ੍ਰਬੰਧਕਾਂ ਨੂੰ, ਸਿੱਖਾਂ ਨੂੰ ਪੁੱਛਿਆ ਕਿ ਇਹ ਦਰਵਾਜ਼ਾ, ਇਹ ਗੇਟ ਇੰਨਾ ਸੋਹਣਾ ਡਿਜ਼ਾਇਨ ਕਿਹਨੇ ਬਣਾਇਆ, ਕਦੋਂ ਬਣਵਾਇਆ? ਉਹ ਕਹਿੰਦੇ ਜੀ ਅਸੀਂ ਗੁਰਦੁਆਰਾ ਤਾਂ ਸਰਕਾਰ ਦੀ ਆਗਿਆ ਲੈ ਕੇ ਬਣਾ ਲਿਆ ਜੀ। ਪਹਿਲਾਂ ਤਾਂ ਛੋਟਾ ਜਿਹਾ ਕੱਚਾ ਥਾਂ ਸੀ, ਫਿਰ ਅਸੀਂ ਪੱਕਾ ਕਰ ਲਿਆ, ਸਰਕਾਰ ਤੋਂ ਆਗਿਆ ਮਿਲ ਗਈ ਸੀ, ਰਜ਼ਾ ਸ਼ਾਹ ਪਹਿਲਵੀ ਨੇ ਆਗਿਆ ਦੇ ਦਿੱਤੀ ਬਾਦਸ਼ਾਹ ਨੇ। ਜਦੋਂ ਗੁਰਦੁਆਰਾ ਬਣ ਗਿਆ, ਮਹਾਰਾਜ ਦਾ ਪ੍ਰਕਾਸ਼ ਹੋ ਗਿਆ, ਈਰਾਨੀ ਧਨੀ ਅਤੇ ਆਰਟਿਸਟ ਆ ਗਏ, ਕਹਿਣ ਲੱਗੇ ਜੀ ਤੁਹਾਡੇ ਪਹਿਲੇ ਨਬੀ ਦੀ ਯਾਦ 'ਚ ਅਸੀਂ ਦਰਵਾਜ਼ਾ ਉਸਾਰਨਾ, ਗੇਟ ਉਸਾਰਨਾ, ਸਾਨੂੰ ਆਗਿਆ ਦੇ ਦਿਉ, ਖਰਚਾ ਸਾਡਾ, ਡਿਜ਼ਾਇਨ ਸਾਡਾ। ਸੰਗਤ ਨੇ ਕਿਉਂ ਇਨਕਾਰ ਕਰਨਾ ਸੀ, ਕਹਿੰਦੇ ਉਸਾਰ ਦਿਉ, ਉਸਾਰ ਦਿੱਤਾ। ਇੰਨਾ ਸੋਹਣਾ ਬਣਾ ਦਿੱਤਾ ਈਰਾਨੀਆਂ ਨੇ ਇੱਕ ਗੇਟ, ਫਿਰ ਕਹਿਣ ਲੱਗੇ ਇਹਦਾ ਨਾਂ ਰੱਖਣਾ, ਕੀ ਨਾਂ ਰੱਖੀਏ? ਜਿੰਨੇ ਵੀ ਨਾਂ ਸੁਝਾਏ ਗਏ ਪਸੰਦ ਨਹੀਂ ਆਏ। ਈਰਾਨੀ ਸੰਗਤ ਕਹਿੰਦੀ ਤੁਸੀਂ ਆਪਣੇ ਨਬੀ ਦੇ ਸੁਭਾਅ ਦੱਸੋ, ਉਹਨਾਂ ਦੇ ਜੀਵਨ ਦੀਆਂ ਵਾਰਦਾਤਾਂ ਸਾਖੀਆਂ ਸੁਣਾਓ। ਸਾਖੀਆਂ ਸੁਣਾਉਣ ਲੱਗੇ, ਸੁਣਦੇ ਰਹੇ, ਸੁਣਾਉਂਦੇ ਰਹੇ। ਜਦੋਂ ਇਹ ਦੱਸਿਆ ਕਿ ਸਾਡੇ ਪਹਿਲੇ ਨਬੀ ਨੇ ਸਾਰੀ ਉਮਰ ਆਪਣੀ ਜੇਬ 'ਚ ਪੈਸਾ ਨਹੀਂ ਰੱਖਿਆ ਸੀ, ਈਰਾਨੀ ਕਹਿੰਦੇ ਨਾ ਮਿਲ ਗਿਆ। ਜਿਹਨੇ ਆਪਣੀ ਜੇਬ 'ਚ ਸਾਰੀ ਉਮਰ ਪੈਸਾ ਨਹੀਂ ਰੱਖਿਆ ਉਹਦੇ ਜਿੱਡਾ ਦੌਲਤਮੰਦ ਦੁਨੀਆ 'ਚ ਕੋਈ ਨਹੀਂ ਹੈ। ਗੇਟ ਦਾ ਨਾਂ ਰੱਖਾਂਗੇ ਦਰਵਾਜ਼ਾ ਹੈ ਦੌਲਤ, ਉਹ ਗੇਟ ਦਾ ਨਾਂ ਦਰਵਾਜ਼ਾ ਹੈ ਦੌਲਤ। ਇਹ ਤਾਂ ਨਹੀਂ ਹੈ ਕਿ ਪੈਸੇ ਹੈਗੇ ਨਹੀਂ ਸੀ, ਪੈਸੇ ਰੱਖਦੇ ਨਹੀਂ ਸੀ ਆਪਣੇ ਕੋਲ, ਸਾਰਾ ਕੁਛ ਉਹਨਾਂ ਦਾ ਆਪਣੇ ਵਾਸਤੇ ਸੀ, ਸੰਗਤ ਵਾਸਤੇ ਸੀ, ਸਾਰਾ ਸੰਸਾਰ ਉਹਨਾਂ ਦਾ ਪਰਿਵਾਰ ਹੈ। ਇੱਕ ਮੈਂ ਘਟਨਾ ਇਹ ਵੀ ਪੜ੍ਹੀ ਕਿ ਭਾਈ ਮਰਦਾਨਾ ਜੀ ਨੂੰ ਹੁਕਮ ਸੀ ਨਾ ਵੀ ਖਾਣ ਪੀਣ ਦੀ ਚੀਜ਼ ਪੈਸਾ ਇਹ ਚੁੱਕਣਾ ਨਹੀਂ ਹੈ। ਕੋਈ ਸ਼ਰਧਾਲੂ ਅੱਖ ਬਚਾ ਕੇ ਭਾਈ ਮਰਦਾਨਾ ਜੀ ਦੇ ਬੋਝੇ 'ਚ ਇੱਕ ਮੋਹਰ ਪਾ ਗਿਆ, ਤੁਰ ਪਏ। ਸ਼ਾਮ ਹੋ ਗਈ, ਹਨੇਰਾ ਪੈਣ ਲੱਗਿਆ, ਜੰਗਲ ਦੇ ਕਿਨਾਰੇ ਰਾਤ ਕੱਟਣੀ ਸੀ। ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਡਰ ਲੱਗਦਾ। ਬਾਬੇ ਕਹਿਆ ਜਿਸ ਵਸਤੂ ਸਦਕਾ ਡਰ ਲੱਗਦਾ ਹੋਵੇ ਸੋ ਸੁੱਟ ਦੇਈਦੀ ਹੈ। ਇਹ ਨਹੀਂ ਪੁੱਛਿਆ ਕਿਉਂ ਡਰ ਲੱਗਦਾ, ਕਿਸ ਤੋਂ ਡਰ ਲੱਗਦਾ, ਨਾ ਕੋਈ ਓਪਰੀ ਵਸਤੂ ਆ ਗਈ ਭਾਈ ਮਰਦਾਨੇ ਕੋਲ ਜਿਸ ਕਰਕੇ ਡਰ ਗਈ, ਅੱਗੇ ਤਾਂ ਕਦੇ ਡਰੇ ਨਹੀਂ ਸੀ। ਤੋ ਇਹ ਤਾਕਤਾਂ ਨੇ, ਦੇਖੋ ਉਹ ਉਹਨਾਂ ਦਾ ਵਿਸ਼ਵਾਸ ਹੈ ਈਰਾਨੀਆਂ ਦਾ ਕਿ ਇਹ ਜਿਸ ਨਬੀ ਦਾ ਇਹ ਥਾਂ ਹੈ, ਯਾਦਗਾਰੀ ਸਥਾਨ, ਇਸ ਦਰਵਾਜ਼ੇ ਹੇਠੋਂ ਦੇ ਸਿਰ ਝੁਕਾ ਕੇ ਲੰਘੋ, ਜੇ ਦੌਲਤ ਮੰਗੋਗੇ ਦੌਲਤ ਮਿਲੇਗੀ, ਸ਼ੋਹਰਤ ਮੰਗੋਗੇ ਸ਼ੋਹਰਤ ਮਿਲੇਗੀ, ਵਿੱਦਿਆ ਮੰਗੋਗੇ ਤਾਲੀਮ ਮਿਲੇਗੀ, ਜਰਨੈਲੀ ਮੰਗੋਗੇ ਤਾਂ ਤੁਹਾਨੂੰ ਬਾਦਸ਼ਾਹੀ ਮੰਗ ਲਓ, ਬੇਸ਼ੱਕ ਜੋ ਮਰਜ਼ੀ ਮੰਗੋ, ਮੰਗਣ ਦਾ ਤਰੀਕਾ ਹੋਣਾ ਚਾਹੀਦਾ। ਹੁਣ ਮੰਗਣ ਦਾ ਤਰੀਕਾ ਕਿਵੇਂ, ਮੈਨੂੰ ਛੋਟੇ ਹੁੰਦੇ ਨੂੰ ਪਤਾ ਨਹੀਂ ਸੀ। ਮਾਂ ਨੂੰ ਪੁੱਛ, ਮਾਂ ਇਹ ਕਿਹਾ ਕਰਦੀ ਸੀ, ਅਸੀਂ ਜਦੋਂ ਨਵੀਂ ਕਲਾਸ ਚੜ੍ਹਦੇ ਨੰਬਰ ਰੱਟੇ ਮਾਰਦੇ, ਬਥੇਰੇ ਨੰਬਰ ਚੰਗੇ ਲੈ ਲੈਂਦੇ, ਅਤੇ ਨਵੀਆਂ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਹੁੰਦੇ ਸੀ, ਨਵੀਆਂ ਵਰਦੀਆਂ ਵਾਸਤੇ ਪੈਸੇ ਨਹੀਂ ਹੁੰਦੇ ਸੀ, ਉਦਾਸ ਹੋ ਜਾਂਦੇ। ਮਾਂ ਕਿਹਾ ਕਰਦੀ ਜਿਹੜਾ ਬੱਚਾ ਉਦਾਸ ਹੁੰਦਾ, ਫਿਕਰ ਕਰਦਾ, ਮੈਂ ਇਹ ਸਮਝਣ ਲੱਗਦੀ ਹਾਂ ਵੀ ਉਹ ਗੁਰੂ ਨਾਨਕ ਦੇਵ ਜੀ 'ਤੇ ਸ਼ੱਕ ਕਰਦਾ। ਆਪਣੇ ਪਿਤਾ ਕਿੱਡੇ ਅਮੀਰ ਨੇ ਤੁਹਾਨੂੰ ਪਤਾ ਹੀ ਨਹੀਂ ਹੈ, ਅਮੀਰ ਤਾਂ ਦੁਨੀਆ 'ਚ ਹੋਰ ਲੋਕ ਵੀ ਹੈਗੇ ਪਰ ਉਹ ਦਿਆਲੂ ਨਹੀਂ ਨਾ ਹਨ, ਆਪਣੇ ਮਹਾਰਾਜ ਦਿਆਲੂ ਵੀ ਨੇ।
ਤੁਹਾਨੂੰ ਮੰਗਣ ਦਾ ਤਰੀਕਾ ਆਉਣਾ ਚਾਹੀਦਾ, ਉਹ ਦੇ ਦੇਣਗੇ। ਅਸੀਂ ਪੁੱਛਦੇ ਮੰਗਣ ਦਾ ਤਰੀਕਾ ਕੀ ਹੈ, ਇਸ਼ਨਾਨ ਕਰਿਆ ਕਰੋ ਸਵੇਰੇ, ਜਪਜੀ ਸਾਹਿਬ ਦਾ ਪਾਠ ਕਰੋ, ਫਿਰ ਅਰਦਾਸ ਕਰੋ। ਅਤੇ ਮਾਂ ਇਹ ਕਿਹਾ ਕਰਦੀ, ਗਰੀਬੀ ਸੀ ਘਰ 'ਚ ਤਾਂ ਵੀ ਮਾਂ ਇਹ ਕਿਹਾ ਕਰਦੀ ਸੀ ਪੈਸੇ ਨਹੀਂ ਮੰਗਣੇ ਮਹਾਰਾਜ ਤੋਂ, ਵਿੱਦਿਆ ਮੰਗਣੀ ਹੈ। ਵਿੱਦਿਆ ਨੂੰ ਸਭ ਤੋਂ ਵੱਧ ਪਿਆਰ ਕਰਦੇ ਸੀ, ਉਸ ਬੱਚੇ ਨੂੰ ਸਭ ਤੋਂ ਵੱਧ ਪਿਆਰ ਕਰਦੇ ਨੇ ਅੱਜ ਵੀ ਮਹਾਰਾਜ, ਜਿਹੜਾ ਉਹਨਾਂ ਤੋਂ ਵਿੱਦਿਆ ਮੰਗਦਾ। ਉਹ ਵਿੱਦਿਆ ਜਿੰਨੀ ਮੰਗੋ ਉਨੀ ਦੇ ਦਿੰਦੇ ਨੇ। ਇਹ ਗੱਲਾਂ ਸਾਨੂੰ ਉਦੋਂ ਲੱਗਦਾ ਸੀ ਵੀ ਸੱਚ ਹੋਣੀਆਂ, ਪਤਾ ਨਹੀਂ ਨਾ ਹੋਣੀਆਂ, ਪਰ ਹੋ ਗਈਆਂ। ਕੁਛ ਨਹੀਂ ਸੀ ਸਾਡੇ ਕੋਲ। ਜਦੋਂ ਕਦੀ ਮਾਂ ਧਰਤੀ 'ਤੇ ਕਿਤਾਬ ਜਾਂ ਕਾਪੀ ਪਈ ਦੇਖ ਲੈਂਦੀ, ਝਿੜਕਦੀ, ਅੱਖਰ ਪਵਿੱਤਰ ਹੁੰਦੇ ਨੇ, ਅੱਖਰ ਕੀਮਤੀ ਹੁੰਦੇ ਨੇ, ਚੁੱਕ ਚੁੱਕ ਉੱਚੇ ਥਾਂ 'ਤੇ ਰੱਖੀ ਜਾਂਦੀ, ਝਿੜਕਾਂ ਪੈਂਦੀਆਂ। ਇੱਕ ਦਿਨ ਅਸੀਂ ਸਾਰੇ ਭੈਣ ਭਰਾਵਾਂ ਨੇ ਘੇਰ ਲਈ, ਮਾਂ ਅੱਖਰ ਕੀਮਤੀ ਹੁੰਦੇ ਨੇ, ਦੱਸੋ ਤਾਂ ਸਹੀ, ਸਾਨੂੰ ਪਤਾ ਨਹੀਂ ਲੱਗਦਾ ਹੈ। ਉਹ ਕਹਿੰਦੀ ਮੈਂ ਤਾਂ ਅਨਪੜ੍ਹ ਹਾਂ, ਪੜ੍ਹਦੇ ਤਾਂ ਤੁਸੀਂ, ਪਤਾ ਤਾਂ ਤੁਹਾਨੂੰ ਹੋਣਾ ਚਾਹੀਦਾ ਸੀ, ਪਰ ਜਿੰਨਾ ਕੁ ਮੈਨੂੰ ਪਤਾ ਉਹ ਮੈਂ ਦੱਸ ਦਿੰਦੀ ਹਾਂ। ਕੀ ਤਕਲੀਫਾਂ ਝੱਲੀਆਂ ਭਾਈ ਮਹਾਂ ਸਿੰਘ ਨੇ ਪਤਾ ਨਹੀਂ, ਪਰ ਇੱਕ ਦਿਨ ਉਹ ਕਹਿੰਦੇ ਮਹਾਰਾਜ ਸਾਨੂੰ ਛੁੱਟੀ ਦਿਓ, ਅਸੀਂ ਤਾਂ ਜਾਣਾ। ਬੜੇ ਸਮਝਾਏ, ਨਹੀਂ ਸਮਝੇ। ਮਹਾਰਾਜ ਕਹਿੰਦੇ ਚੰਗਾ ਫਿਰ ਜੇ ਫੈਸਲਾ ਹੀ ਹੈ ਕਿ ਜਾਣਾ, ਕੁਛ ਅੱਖਰ ਲਿਖ ਕੇ ਦੇ ਜਾਓ। ਉਹ ਅੱਖਰ ਲਿਖ ਕੇ ਦੇ ਆਏ। ਜਦੋਂ ਪਹੁੰਚੇ ਵਾਪਸ ਪਿੰਡ, ਫਿਰ ਮਹਿਸੂਸ ਹੋਇਆ ਕਿ ਗਲਤ ਅੱਖਰ ਲਿਖ ਕੇ ਦੇ ਕੇ ਆਏ, ਤਾਂ ਦੇਣੇ ਨਹੀਂ ਚਾਹੀਦੇ ਸੀ। ਫੈਸਲਾ ਹੋਇਆ ਕਿ ਜਿਹੜੇ ਲਿਖ ਕੇ ਅੱਖਰ ਦਿੱਤੇ ਸੀ ਉਹ ਮੁੜਵਾਉਣੇ ਨੇ। ਉਹ ਮੁੜਵਾ ਤਾਂ ਲਏ ਉਹਨਾਂ ਨੇ, ਪਰ 40 ਜਿਉਂਦੇ ਜਾਗਦੇ ਜਰਨੈਲ, 40 ਯੋਧੇ ਸੱਥਰ ਵਾਂਗੂ ਜ਼ਮੀਨ 'ਤੇ ਵਿਛੇ ਪਏ ਸਨ, 40 ਲਾਸ਼ਾਂ 'ਚ ਬਦਲ ਗਏ ਸਨ। ਅੱਖਰ ਮੁੜਵਾਉਣ 'ਚ ਕਾਮਯਾਬ ਤਾਂ ਹੋ ਗਏ। ਇਸ ਕਰਕੇ ਆਖਦੀ ਹਾਂ, ਅੱਖਰ ਕੀਮਤੀ ਨੇ, ਇਹਨਾਂ ਦਾ ਧਿਆਨ ਰੱਖੋ, ਇਹਨਾਂ ਦਾ ਅਦਬ ਰੱਖੋ। ਭਾਈ ਮਰਦਾਨਾ ਜੀ ਨੂੰ ਮਾਪਿਆਂ ਨੇ ਤਲਵੰਡੀਓਂ ਤਿਆਰ ਕਰਕੇ ਭੇਜਿਆ ਕਿ ਜਾਓ ਨਾਨਕ ਨੂੰ ਬੁਲਾ ਕੇ ਲਿਆਓ, ਕਹੋ ਪਰਿਵਾਰ ਯਾਦ ਕਰਦਾ। ਚੱਲ ਪਏ, ਸੁਲਤਾਨਪੁਰ ਪਹੁੰਚੇ, ਸੁਨੇਹਾ ਦਿੱਤਾ, ਹਾਲ ਚਾਲ, ਰਾਜੀ ਬਾਜੀ, ਖੈਰ ਸੁੱਖ। ਫਿਰ ਕਹਿੰਦੇ ਜੀ ਪਰਿਵਾਰ ਯਾਦ ਕਰਦਾ, ਬਾਬਾ ਜੀ ਆਪਾਂ ਤਲਵੰਡੀ ਚੱਲਣਾ। ਬਾਬੇ ਕਹਿਆ ਖਰਾ ਯਾਦ ਕਰਾਇਆ ਜੀ, ਭਾਈ ਜੀ ਭਲਾ ਯਾਦ ਕਰਵਾਇਆ। ਇਹ ਸੰਸਾਰ ਸਾਨੂੰ ਦੇਰ ਦਾ ਬਹੁਤ ਯਾਦ ਕਰਦਾ ਹੈ, ਔਰ ਆਪਣਾ ਪਰਿਵਾਰ ਬਹੁਤ ਵੱਡਾ ਹੈ। ਇਹ ਸਾਰਾ ਸੰਸਾਰ ਆਪਣਾ ਪਰਿਵਾਰ ਹੈ, ਮਿਲਣ ਲਈ ਉਡੀਕਦਾ ਹੈ, ਇਕੱਲਿਆਂ ਜਾਣ ਦਾ ਮਨ ਨਹੀਂ ਕਰਦਾ। ਤੁਸੀਂ ਆ ਗਏ, ਇਕੱਠੇ ਚੱਲਾਂਗੇ। ਜਿਹੜਾ ਸੱਦਾ ਦੇਣ ਆਇਆ ਸੀ ਉਹਨੂੰ ਸੱਦਾ ਮਿਲ ਗਿਆ। ਜਾਣ ਦਾ ਇਰਾਦਾ ਨਹੀਂ ਸੀ, ਮਹਾਰਾਜ ਦਾ ਸਾਥ ਕਰਨ ਦਾ ਇਰਾਦਾ ਨਹੀਂ ਸੀ, ਪਰ ਚੁੱਪ ਰਹੇ। ਇੱਕ ਦਿਨ ਮਹਾਰਾਜ ਨੇ ਕਿਹਾ ਭਾਈ ਜੀ ਕੋਈ ਸਾਜ਼ ਖਰੀਦੀਏ ਜੀ। ਜੋ ਹੁਕਮ। ਕਿਹੜਾ ਸਾਜ਼? ਮਹਾਰਾਜ ਜੋ ਤੂੰ ਸਾਨੂੰ ਭਾਵੇ। ਬਾਕੀ ਸਾਜ਼ ਤਾਂ ਦੁਨੀਆਦਾਰਾਂ ਦੇ ਸਾਜ਼ ਹੋਏ, ਰਬਾਬ ਗੁਰਮੁਖੀ ਸਾਜ਼ ਹੋਇਆ। ਰਬਾਬ ਖਰੀਦੀਏ ਜੀ? ਭਲਾ ਕਹਿਆ। ਬਾਬੇ ਕਹਿਆ ਜਾਓ ਫਿਰ ਇੱਕ ਅੱਛੀ ਰਬਾਬ ਖਰੀਦ ਕੇ ਲਿਆਓ। ਮਰਦਾਨੇ ਕਿਹਾ ਲਿਆਓ ਜੀ, ਦਿਓ ਪੈਸੇ। ਬਾਬੇ ਕਹਿਆ ਪੈਸੇ ਤਾਂ ਅਸਾਂ ਪਾਸ ਹੈਣ ਨਹੀਂ। ਮਰਦਾਨੇ ਕਹਿਆ ਜੀ ਉਧਾਰ ਆਪਾਂ ਨੂੰ ਕੋਈ ਨਹੀਂ ਦੇਂਦਾ। ਬਾਬੇ ਕਹਿਆ ਭਾਈ ਜੀ ਗਰਜ਼ਵੰਦ ਹੋਣਾ ਚੰਗੀ ਗੱਲ ਤਾਂ ਨਹੀਂ, ਸਵਾਲੀ ਹੋਣਾ ਚੰਗੀ ਗੱਲ ਤਾਂ ਨਹੀਂ, ਪਰ ਕੀ ਕਰੀਏ, ਗਰਜ਼ ਕਾਰੇ ਕਰਾਉਂਦੀ ਹੈ। ਬੇਬੇ ਨਾਨਕੀ ਜੀ ਪਾਸ ਜਾਓ, ਉੱਥੋਂ ਆਪਣੀ ਗਰਜ਼ ਪੂਰੀ ਹੋਏਗੀ। ਭਾਈ ਮਰਦਾਨਾ ਜੀ ਗਏ, ਮੱਥਾ ਟੇਕਿਆ, ਅਰਜ਼ ਕੀਤੀ ਪੈਸੇ ਦਿਓ। ਮੁੱਠੀ 'ਚ ਜਿੰਨੇ ਚਾਂਦੀ ਦੇ ਰੁਪਈਏ ਆਏ, ਭਾਈ ਮਰਦਾਨਾ ਜੀ ਦੀ ਝੋਲੀ 'ਚ ਪਾਉਂਦਿਆਂ ਆਖਿਆ ਸਰਫਾ ਨਹੀਂ ਕਰਨਾ, ਜੇ ਹੋਰ ਜ਼ਰੂਰਤ ਪਵੇ ਫਿਰ ਆਉਣਾ, ਅੱਛੀ ਰਬਾਬ ਖਰੀਦਣੀ। ਔਰ ਨਾਨਕ ਨੂੰ ਇਹ ਤਾਂ ਆਖਣਾ ਕਿ ਭੈਣ ਨੂੰ ਮਿਲਦਾ ਕਿਉਂ ਨਹੀਂ, ਮਹੀਨੇ ਗੁਜ਼ਰ ਜਾਂਦੇ ਹਨ। ਭਾਈ ਮਰਦਾਨਾ ਜੀ ਬਾਬਾ ਜੀ ਕੋਲ ਗਏ, ਇਹ ਕਿਹਾ ਕਿ ਭੈਣ ਦਾ ਸੁਨੇਹਾ, ਤੁਸੀਂ ਜਾਓ ਭੈਣ ਨੂੰ ਮੱਥਾ ਟੇਕਣ ਮਿਲਣ, ਮੈਂ ਚੱਲਿਆ ਰਬਾਬ ਖਰੀਦਣ। ਭਾਈ ਮਰਦਾਨਾ ਜੀ ਦਾ ਆਖਾ ਮੰਨ ਕੇ ਮਹਾਰਾਜ ਘਰ ਗਏ। ਘਰ ਜਾਣ ਦਾ ਵੀ ਦ੍ਰਿਸ਼ ਦੇਖ ਲਓ। ਜਦੋਂ ਗਏ, ਜਦੋਂ ਬਾਬਾ ਜੀ, ਜਦੋਂ ਗੁਰੂ ਨਾਨਕ ਦੇਵ ਜੀ, ਇਹ ਤਾਂ ਭਾਈ ਮਰਦਾਨਾ ਜੀ ਗਏ ਨਾ, ਜਦੋਂ ਗੁਰੂ ਨਾਨਕ ਦੇਵ ਜੀ ਭੈਣ ਨੂੰ ਮਿਲਣ ਜਾਂਦੇ ਤਾਂ ਜ਼ਿਕਰ ਆਉਂਦਾ ਸਾਖੀ 'ਚ, ਭਾਈ ਬਾਲਾ ਜੀ ਵਾਲੀ 'ਚ, ਨਾਨਕੀ ਨੇ ਝੁੱਕ ਕੇ ਚਰਨ ਛੋਹਣੇ ਚਾਹੇ। ਬਾਬੇ ਕਹਿਆ ਬੇਬੇ ਤੂੰ ਅਸਾਂ ਤੋਂ ਵੱਡੀ ਹੈ, ਔਰ ਪਰਮੇਸ਼ਰ ਕੀ ਪਿਆਰੀ ਵੀ, ਤੂੰ ਜੋ ਅਸਾਂ ਦੇ ਪੈਰਾਂ ਵੱਲ ਦੇਖਦੀ ਹੈ, ਅਸਾਂ ਨੂੰ ਆਪਣੇ ਵਿੱਚ ਵੱਡਾ ਉੱਗਣ ਦਿਸਦਾ ਹੈ।
ਨਾਨਕੀ ਕਹਿਆ ਭਾਈ ਜੀ ਸੱਚ ਆਖਦੇ ਹਾਂ, ਭਰਾ ਕਰਕੇ ਨਹੀਂ ਜਾਣਦੀ, ਪਰਮੇਸ਼ਰ ਕਰਕੇ ਜਾਣਦੀ ਹਾਂ। ਇਹ ਨੇ ਥੋੜ੍ਹੇ ਜਿਹੇ ਕਰਮਾਂ ਵਾਲੇ ਲੋਕ। ਭਾਈ ਮਰਦਾਨਾ ਜੀ ਖਾਲੀ ਹੱਥ ਵਾਪਸ ਆ ਗਏ ਕੁਛ ਦਿਨ ਚੱਕਰ ਲਾ ਕੇ ਆਲੇ ਦੁਆਲੇ ਦੇ ਪਿੰਡਾਂ 'ਚ। ਜੀ ਤੁਸਾਂ ਦੀ ਆਵਾਜ਼ ਦਾ ਸਾਥ ਦੇਵੇ ਇਸ ਤਰ੍ਹਾਂ ਦੀ ਰਬਾਬ ਮਿਲੀ ਨਹੀਂ। ਬਾਬੇ ਕਹਿਆ ਦੋਹਾਂ ਦਰਿਆਵਾਂ ਵਿਚਕਾਰ ਜੱਟਾਂ ਦਾ ਇੱਕ ਪਿੰਡ ਹੈ ਆਸ਼ਕਪੁਰ, ਤਿੱਥੇ ਫਰਿੰਦਾ ਨਾਂ ਦਾ ਇੱਕ ਕਾਰੀਗਰ ਹੈ, ਵੱਡਾ ਉਸਤਾਦ ਹੈ, ਉਸ ਪਾਸੋਂ ਲੈਣੀ, ਹਿੰਦੂ ਹੈ, ਫੇਰੂ ਵੀ ਆਖਦੇ ਹਨ, ਅਰ ਜੇ ਨਾ ਦੇਵੇ ਤਿਸ ਪਾਸ ਅਸਾਂ ਦਾ ਨਾਂ ਲੈਣਾ। ਭਾਈ ਮਰਦਾਨਾ ਜੀ ਨੇ ਪਿੰਡ ਲੱਭ ਲਿਆ, ਘਰ ਲੱਭ ਲਿਆ, ਫਰਿੰਦਾ ਦਾ ਘਰ ਮਿਲ ਗਏ, ਦੁਆ ਸਲਾਮ ਹੋਈ, ਅਰਜ਼ ਗੁਜ਼ਾਰੀ ਜੀ ਇੱਕ ਬਹੁਤ ਵਧੀਆ ਕਿਸਮ ਦੀ ਰਬਾਬ ਚਾਹੀਦੀ ਹੈ। ਫਰਿੰਦੇ ਕਹਿਆ ਬਣ ਤਾਂ ਜਾਏਗੀ ਪਰ ਇੰਨੀ ਜਲਦੀ ਨਹੀਂ, ਕੁਝ ਮਹੀਨੇ ਲੱਗਣਗੇ। ਕੰਧ ਨਾਲ ਕਿੱਲੀ ਉੱਪਰ ਲਟਕਦੀ ਰਬਾਬ ਵੱਲ ਇਸ਼ਾਰਾ ਕਰਦਿਆਂ ਭਾਈ ਮਰਦਾਨੇ ਕਹਿਆ ਜੀ ਉਹ ਪਈ ਤਾਂ ਹੈ ਇੱਕ। ਫਰਿੰਦੇ ਕਹਿਆ ਸੋ ਤੁਸਾਂ ਦੇ ਕੰਮ ਦੀ ਨਾ ਹੀ, ਕੀ ਨੁਕਸ ਹੈ ਜੀ ਇਸ ਵਿੱਚ? ਭਾਈ ਜੀ ਨੁਕਸ ਨਹੀਂ, ਕਾਮਲ ਫਕੀਰ ਹੈ ਇੱਕ ਬਾਬਾ ਨਾਨਕ, ਕਦੀ ਇਹ ਨਾਮ ਸੁਣਿਆ ਹੈ? ਤਿੰਨਾਂ ਦੇ ਕਦਮਾਂ ਦਾ ਧਿਆਨ ਧਰ ਕੇ ਡਾਢੀ ਮੁਸ਼ਕਤ ਨਾਲ ਤਿਆਰ ਕੀਤੀ ਹੈ ਰਬਾਬ, ਜਦੋਂ ਦੀਦਾਰ ਨਸੀਬ ਹੋਏ ਤਿੰਨਾਂ ਦੇ ਕਦਮਾਂ ਵਿੱਚ ਰੱਖਾਂਗਾ। ਭਾਈ ਮਰਦਾਨਾ ਜੀ ਨੇ ਦੱਸਿਆ ਨਹੀਂ, ਕਹਿੰਦੇ ਆਗਿਆ ਹੋਏ ਤਾਂ ਵਜਾ ਕੇ ਦੇਖ ਲਵਾਂ। ਫਰਿੰਦੇ ਕਹਿਆ ਵਜਾਵਣੀ ਤਾਂ ਦਰਕਿਨਾਰ ਛੋਣ ਵੀ ਨਹੀਂ ਦਿਆਂਗਾ। ਫਿਰ ਭਾਈ ਮਰਦਾਨਾ ਜੀ ਨੇ ਦੱਸਿਆ ਜੀ ਤੁਹਾਡਾ ਨਾਂ, ਤੁਹਾਡਾ ਸਿਰਨਾਵਾਂ ਬਾਬਾ ਜੀ ਨੇ ਦੱਸਿਆ, ਉਹਨਾਂ ਨੇ ਤੁਹਾਡੇ ਕੋਲ ਭੇਜਿਆ। ਫਰਿੰਦੇ ਕਹਿਆ ਜਿਨ੍ਹਾਂ ਦਾ ਨਾਮ ਲੈ ਕੇ ਜਹਾਨ ਤਰ ਜਾਏਗਾ ਤਿਨ੍ਹਾਂ ਦੀ ਜ਼ਬਾਨ ਉੱਪਰ ਅਸਾਂ ਦਾ ਨਾਮ ਆਇਆ, ਸਾਡੇ ਵਰਗਾ ਸੰਸਾਰ 'ਚ ਕੌਣ ਹੈ ਕੋਈ? ਅੱਜ ਜੇ ਤੁਸਾਂ ਨੂੰ ਬਾਬਾ ਨਾਨਕ ਨੇ ਭੇਜਿਆ ਹੈ ਫਿਰ ਇੱਥੇ ਬੈਠੇ ਕਾਸ ਲਈ ਹਾਂ, ਅਸਾਂ ਨੂੰ ਝਬਦੇ ਤਿੰਨਾਂ ਪਾਸ ਲੈ ਚਲੋ। ਅੱਖ ਦੇ ਪਲਕਾਰੇ ਜਿੰਨੇ ਸਮਾਂ ਲੱਗਣਾ ਚਾਹੀਦਾ। ਭਾਈ ਮਰਦਾਨਾ ਜੀ ਅੱਗੇ ਅੱਗੇ, ਰਬਾਬ ਸਮੇਤ ਭਾਈ ਫਰਿੰਦਾ ਜੀ ਪਿੱਛੇ ਪਿੱਛੇ ਪਹੁੰਚੇ। ਭਾਈ ਫਰਿੰਦਾ ਜੀ ਨੇ ਮਹਾਰਾਜ ਦੇ ਚਰਨਾਂ 'ਚ ਰਬਾਬ ਰੱਖੀ, ਅਸੀਸ ਮਿਲੀ। ਬਾਬੇ ਕਹਿਆ ਕਿੰਨੀ ਭੇਟਾ ਤਾਰੀਏ ਭਾਈ ਜੀ? ਫਰਿੰਦੇ ਕਹਿਆ ਜੀ ਦੀਦਾਰ, ਇਸ ਦੀ ਭੇਟਾ ਦੀਦਾਰ ਹੈ, ਸੋ ਨਸੀਬ ਹੋਏ ਗਈ ਹੈ, ਅਸਾਂ ਨੂੰ ਆਪ ਦੀ ਅਸੀਸ ਮਿਲੀ, ਧੰਨ ਹੋਏ। ਭਾਈ ਮਰਦਾਨਾ ਜੀ ਦੇ ਹੱਥਾਂ ਵਿੱਚ ਰਬਾਬ ਫੜਾਉਂਦਿਆਂ ਬਾਬੇ ਕਹਿਆ ਭਾਈ ਜੀ ਤੁਸਾਂ ਨੂੰ ਤਾਰ ਦਾ ਗੁਣ ਬਖਸ਼ਿਆ। ਪਹਿਲਾ ਵਾਕ ਇਹ, ਤੁਸਾਂ ਕਹੋ ਤਾਰ ਦਾ ਗੁਣ ਬਖਸ਼ਿਆ, ਦੂਜਾ ਵਾਕ ਇਸ ਨੂੰ ਵੇਚਣਾ ਨਹੀਂ, ਤੀਜਾ ਵਾਕ ਦਾਰਾਏ ਸਵਾਲੀ ਨੂੰ ਖਾਲੀ ਨਹੀਂ ਮੋੜਨਾ। ਤੀਜਾ ਵਾਕ ਸੁਣ ਕੇ ਭਾਈ ਮਰਦਾਨਾ ਹੱਸ ਪਏ, ਅਸਾਂ ਕੰਗਾਲਾਂ ਪਾਸ ਕੌਣ ਆਏਗਾ ਬਾਬਾ ਸਵਾਲੀ? ਬਾਬੇ ਕਹਿਆ ਜੋ ਦੌਲਤ ਤੁਸਾਂ ਨੂੰ ਨਸੀਬ ਹੋਈ ਜਹਾਨ ਤਰਸੇਗਾ ਤਿਸ ਤਾਈਂ, ਤੁਸਾਂ ਜਿੱਡਾ ਅਮੀਰ ਸੰਸਾਰ ਵਿੱਚ ਕੋਈ ਨਹੀਂ। ਭਾਈ ਜੀ ਗੱਲਾਂ ਸ਼ੁਰੂ ਤੋਂ ਹੀ ਹੁਣ ਤੱਕ ਦਰਵਾਜ਼ਾ ਦੌਲਤ ਤੱਕ ਧੰਨ ਦੀ ਧੰਨ ਦੀਆਂ ਬਾਰਿਸ਼ਾਂ ਹੋ ਰਹੀਆਂ ਨੇ ਦੌਲਤ ਦੀਆਂ, ਹੈ ਨਾ ਚਮਤਕਾਰ? ਭਾਈ ਮਰਦਾਨਾ ਜੀ ਮਹਾਰਾਜ ਦੇ ਸਿੱਖ ਸਨ, ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ, ਲੇਕਿਨ ਦੋਸਤ ਵੀ ਤਾਂ ਸਨ। ਦੋਸਤੀ ਦਾ ਜ਼ਿਕਰ ਹੈ ਜਿਹੜਾ ਉਹ ਮੈਂ ਘੱਟ ਪੜ੍ਹਿਆ ਕਿਤਾਬਾਂ 'ਚ, ਜਨਮ ਸਾਖੀਆਂ 'ਚ ਪੜ੍ਹਿਆ। ਦੋ ਘਟਨਾਵਾਂ ਸੁਣਾਉਣਾ ਤੁਹਾਨੂੰ, ਪਤਾ ਲੱਗ ਜਾਏਗਾ ਦੋਸਤੀ ਦਾ। ਜਦ ਬਾਬਾ ਬੰਦਗੀ ਕਰਨ ਲੱਗਦਾ, ਪੰਜ ਕਰਮ ਦੂਰ ਖਲੋ ਕੇ ਭਾਈ ਮਰਦਾਨਾ ਸਖਤ ਪਹਿਰਾ ਦਿੰਦਾ ਤਾਂ ਕਿ ਤਿੰਨਾਂ ਦੀ ਬੰਦਗੀ ਵਿੱਚ ਕੋਈ ਪਸ਼ੂ ਪੰਛੀ ਜਾਂ ਮਨੁੱਖ ਵਿਘਨ ਨਾ ਪਾਏ। ਅਰ ਜਦ ਬਾਬਾ ਗਾਉਣ ਲੱਗਦਾ, ਉਠਾਏ ਕੇ ਰਬਾਬ ਇੰਨਾ ਨਜ਼ਦੀਕ ਬੈਠਦਾ ਕਿ ਗੋਡੇ ਨਾਲ ਗੋਡਾ ਖੈਂਦਾ। ਇਹ ਦ੍ਰਿਸ਼ ਦੋਸਤੀ ਦਾ, ਇਹ ਹਜ਼ਾਰ ਪੰਨਿਆਂ ਦੀ ਕਿਤਾਬ 'ਚ ਨਹੀਂ ਆਪਾਂ ਨੂੰ ਮਿਲੂਗਾ। ਜਦ ਬਾਬਾ ਬੰਦਗੀ ਕਰਦਾ, ਸਖਤ ਪਹਿਰਾ ਦਿੰਦਾ ਤਾਂ ਕਿ ਪਸ਼ੂ ਪੰਛੀ ਜਾਂ ਮਨੁੱਖ ਇਹਨਾਂ ਦੀ ਬੰਦਗੀ ਵਿੱਚ ਵਿਘਨ ਨਾ ਪਾਏ। ਔਰ ਜਦ ਬਾਬਾ ਗਾਉਣ ਲੱਗਦਾ, ਉਠਾਏ ਕੇ ਰਬਾਬ ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖੈਂਦਾ। ਦੂਸਰੀ ਘਟਨਾ, ਜਾ ਰਹੇ ਨੇ, ਕਨਾਤਾਂ ਛਾਇਆਮਾਨ ਲੱਗੇ ਹੋਏ ਨੇ, ਖਾਣਿਆਂ ਦੀਆਂ ਮਹਿਕਾਂ ਆ ਰਹੀਆਂ ਨੇ, ਕਿਤੇ ਕੋਈ ਭੋਜਨ ਵਰਤਾ ਰਹੇ, ਲੰਗਰ ਲੱਗੇ ਹੋਏ ਨੇ। ਰਸਤਿਆਂ 'ਚ
ਚੌ ਸੇਵਾਦਾਰ ਖਿਲਾਰੇ ਨੇ ਕਿ ਮੁਸਾਫਰਾਂ ਨੂੰ ਕਹੋ, ਫਕੀਰਾਂ ਨੂੰ ਕਹੋ, ਮਿੰਨਤਾਂ ਕਰੋ, ਲੰਗਰ ਛੱਕ ਕੇ ਜਾਣ। ਮਹਾਰਾਜ ਨੂੰ ਮਿਲੇ, ਜੀ ਬਾਬਾ ਜੀ ਭੋਜਨ ਕਰਕੇ ਜਾਓ। ਬਾਬੇ ਕਹਿਆ, ਅੱਠ ਪਹਿਰ ਵਿੱਚ ਇੱਕ ਵਾਰ ਭੋਜਨ ਕਰਦੇ ਹਾਂ ਭਾਈ ਜੀ, ਸੋ ਕਰ ਲਿਆ ਹੈ। ਮਰਦਾਨੇ ਕਹਿਆ, ਜੇ ਆਗਿਆ ਹੋਏ ਬਾਬਾ ਮੈਂ ਭੋਜਨ ਕਰਾਂ ਵਾਂ। ਬਾਬੇ ਕਹਿਆ, ਭਾਈ ਜੀ ਤੁਸਾਂ ਨੂੰ ਕੁਛ ਹਕੀਕਤ ਪਤਾ ਹੈ ਇਸ ਲੰਗਰ ਦੀ? ਮਰਦਾਨੇ ਕਹਿਆ, ਜੀ ਹਕੀਕਤ ਕਿਤੇ ਦੌੜੀ ਤਾਂ ਜਾਂਦੀ ਨਹੀਂ, ਤੁਸਾਂ ਪਾਸ ਰਹੀ ਸੀ, ਤੁਸਾਂ ਪਾਸ ਹੀ ਰਹੇਗੀ। ਪਹਿਲਾਂ ਭੋਜਨ ਕਰਦੇ ਹਾਂ ਫਿਰ ਹਕੀਕਤ ਵੀ ਦੇਖ ਲਾਂਗੇ। ਉਹ ਆਪਣੇ ਵਰਗੀ ਸਨ ਭਾਈ ਮਰਦਾਨੇ। ਭੋਜਨ ਪ੍ਰਸ਼ਾਦੇ ਪਹਿਲਾਂ ਹਕੀਕਤ ਨਹੀਂ ਦਿਸਦੀ ਉਦੋਂ ਤੱਕ ਜਦੋਂ ਤੱਕ ਲੰਗਰ ਨਹੀਂ ਛੱਡਦੇ। ਤੋ ਆਖਰੀ ਦ੍ਰਿਸ਼ ਸੁਣਾ ਕੇ ਤੁਹਾਨੂੰ ਫਿਰ ਸਮਾਪਤੀ ਕਰਦੇ ਹਾਂ, ਕਿਉਂਕਿ ਟਾਈਮ ਆਪਣਾ ਨੇੜੇ ਲੱਗ ਗਿਆ। ਆਪਾਂ ਨੂੰ ਇੱਕ ਘੰਟਾ ਮਿਲਿਆ ਸੀ ਹਰਦੇਵ ਸਿੰਘ ਹੋਰਾਂ ਦੀ ਬਦੌਲਤ। ਵਾਈਸ ਚਾਂਸਲਰ ਸਾਹਿਬ ਵੀ ਆਏ, ਮਾਣ 'ਚ ਵਾਧਾ ਹੋਇਆ। ਇੱਥੋਂ ਦੇ ਅਧਿਆਪਕ ਆਏ, ਬਾਹਰਲੇ ਥਾਵਾਂ ਦੇ ਅਧਿਆਪਕ ਆਏ, ਸਾਰਿਆਂ ਨੇ ਮੁਨਾਸਿਬ ਸਾਂਝਿਆ ਗੁਰਮਤਿ ਟ੍ਰੇਨਿੰਗ ਕੈਂਪ 'ਚ ਹਿੱਸਾ ਲਈਏ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਭਾਈ ਮਰਦਾਨਾ ਜੀ ਅਤੇ ਮਹਾਰਾਜ ਕੁਰਮ ਦਰਿਆ ਦੇ ਕਿਨਾਰੇ ਕਿਨਾਰੇ ਤੁਰੇ ਆ ਰਹੇ ਸਨ। ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਹੱਦ ਦੇ ਵਿਚਕਾਰ ਅੱਜ ਵੀ ਇਹ ਦਰਿਆ ਵਗਦਾ। ਭਾਈ ਮਰਦਾਨੇ ਕਹਿਆ, ਬਾਬਾ ਥਕਾਨ ਹੋਏ ਗਈ ਹੈ, ਆਰਾਮ ਕਰੀਏ ਕੁਛ। ਬਾਬੇ ਕਹਿਆ, ਚਲੋ ਉਸ ਦਰਖਤ ਹੇਠਾਂ ਆਰਾਮ ਕਰਦੇ। ਮਹਾਰਾਜ ਬੈਠ ਗਏ, ਭਾਈ ਮਰਦਾਨਾ ਜੀ ਬੈਠੇ, ਫਿਰ ਲੇਟ ਗਏ। ਬਾਬਾ ਜੀ ਨੇੜੇ ਗਏ, ਮੱਥੇ 'ਤੇ ਹੱਥ ਰੱਖਿਆ, ਬੁਖਾਰ ਸੀ। ਹੋਰ ਨਜ਼ਦੀਕ ਸਰਕ ਕੇ ਗਏ, ਭਾਈ ਮਰਦਾਨਾ ਜੀ ਦਾ ਸੀਸ ਆਪਣੀ ਗੋਦ 'ਚ ਲੈ ਲਿਆ, ਹੱਥ ਮੱਥੇ 'ਤੇ। ਬਾਬੇ ਕਹਿਆ, ਭਾਈ ਜੀ ਤੁਸੀਂ ਤਾਂ ਹੁਣ ਅਸਾਂ ਪਾਸੋਂ ਜਾਣ ਲੱਗੇ ਹੋ, ਤੁਸਾਂ ਦੀਆਂ ਅੰਤਮ ਰਸਮਾਂ ਕਿਵੇਂ ਕਰੀਏ? ਦਫਨ ਕਰੀਏ ਕਿ ਅਗਨ ਭੇਟ? ਕੋਈ ਉੱਤਰ ਨਹੀਂ। ਤੁਸਾਂ ਦੀ ਯਾਦਗਾਰ ਵਿੱਚ ਕੀ ਉਸਾਰੀਏ? ਮਸਜਿਦ? ਕੋਈ ਉੱਤਰ ਨਹੀਂ। ਅਸਾਂ ਨਾਲ ਤਾ ਉਮਰ ਗੁਜ਼ਾਰੀ, ਫਿਰ ਕੋਈ ਧਰਮਸਾਲ ਉਸਾਰ ਦਿੰਦੇ ਹਾਂ? ਮਰਦਾਨੇ ਕਹਿਆ, ਬਾਬਾ ਜਾਣਦਾ ਹਾਂ ਤੁਸਾਂ ਨੂੰ, ਕਰਮਾਂ ਵਾਲਾ ਹਾਂ ਜੋ ਹੱਡ ਮਾਸ ਦੀ ਕੈਦ ਵਿੱਚੋਂ ਨਿਕਲ ਕੇ ਤੁਸਾਂ ਦੀ ਗੋਦ ਵਿੱਚ ਬੈਠਾ ਇਸ ਸੰਸਾਰ 'ਚੋਂ ਵਿਦਾ ਹੋਵਾਂਗਾ। ਜਾਣਦਾ ਹਾਂ ਤੁਸਾਂ ਨੂੰ, ਆਪਣੇ ਹੱਥੀਂ ਵਿਦਾ ਕਰਕੇ ਇੱਟਾਂ, ਗਾਰੇ ਅਤੇ ਚੂਨੇ ਵਿੱਚ ਮੈਨੂੰ ਕੈਦ ਤੁਸੀਂ ਨਹੀਂ ਕਰੋਗੇ। ਬਾਬੇ ਕਹਿਆ, ਤਾਂ ਵੀ ਭਾਈ ਜੀ ਖਾਲੀ ਨਹੀਂ ਜਾਣ ਦਿਆਂਗੇ। ਇਸ ਧਰਤੀ ਉੱਪਰਲੀ ਕੋਈ ਵਸਤੂ, ਇਸ ਧਰਤੀ ਤੋਂ ਪਾਰ ਦੀ ਕੋਈ ਵਸਤੂ ਜੋ ਮੰਗੋਗੇ ਸੋ ਦਿਆਂਗਾ। ਮਰਦਾਨੇ ਕਹਿਆ, ਬਾਬਾ ਤੂੰ ਖੁਦਾਏ ਦਾ ਕੀਰਤਨੀ ਆ, ਮੈਂ ਤੇਰਾ ਕੀਰਤਨੀ ਆ। ਬਾਬਾ ਤੈਂ ਖੁਦਾਏ ਦੇਖਿਆ, ਤੈਂ ਖੁਦਾਏ ਪਾਇਆ, ਅਰ ਤੇਰਾ ਕਹਿਆ ਖੁਦਾਈ ਮੰਨਦੀ ਹੈ। ਬਾਬਾ ਮੈਂ ਤੈਨੂੰ ਦੇਖਿਆ, ਮੈਂ ਤੈਨੂੰ ਪਾਇਆ, ਅਰ ਮੇਰਾ ਕਹਿਆ ਤੂੰ ਮੰਨਦਾ ਹੈ। ਤੁਧ ਅੱਗ ਹੈ, ਅਸਾਂ ਦੀ ਬੇਨਤੀ ਹੈ ਅੱਜ ਇੱਕ, ਅਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲੋਂ, ਨਾ ਇੱਥੇ ਨਾ ਉੱਥੇ। ਬਾਬੇ ਕਹਿਆ, ਭਾਈ ਜੀ ਤੁਧ ਉੱਪਰ ਅਸਾਂ ਦੀ ਖਰੀ ਖੁਸ਼ੀ ਹੈ, ਜਿੱਥੇ ਤੇਰਾ ਵਾਸਾ ਤਿੱਥੇ ਮੇਰਾ ਵਾਸਾ। ਅੰਤਮ ਰਸਮਾਂ ਕਰਕੇ ਉਠਾਈ ਰਬਾਬ, ਉਦਾਸੀਆਂ ਸਮਾਪਤ, ਤਲਵੰਡੀ ਪਿੰਡ ਦਾ ਰੁੱਖ ਕੀਤਾ। ਜਿੰਨਾ ਚਿਰ ਭਾਈ ਮਰਦਾਨਾ ਜੀ ਮੰਨੇ ਨਹੀਂ ਸਨ, ਉਦਾਸੀਆਂ ਸ਼ੁਰੂ ਨਹੀਂ ਹੋਈਆਂ ਸੀ, ਮਨਾ ਕੇ ਉਹਨਾਂ ਨੂੰ ਨਾਲ ਲੈ ਗਏ। ਜਦੋਂ ਭਾਈ ਮਰਦਾਨਾ ਜੀ ਨਾ ਰਹੇ, ਉਦਾਸੀਆਂ ਸਮਾਪਤ। ਭਾਈ ਮਰਦਾਨਾ ਜੀ ਦਾ ਸਾਥ ਹੈ ਜਿਹੜਾ, ਉਹ ਉਦਾਸੀਆਂ ਦਾ ਸਾਥ ਹੈ, ਯਾਤਰਾਵਾਂ ਦਾ ਸਾਥ ਹੈ। ਉੱਥੋਂ ਫਿਰ ਆਪਣੀ ਮੰਜ਼ਿਲ ਤਲਵੰਡੀ ਪਿੰਡ ਵੱਲ ਨੂੰ ਰੁੱਖ ਕੀਤਾ। ਨਾ ਭਾਈ ਮਰਦਾਨਾ ਜੀ ਦੇ ਘਰ ਗਏ, ਨਾ ਆਪਣੇ ਘਰ। ਪਿੰਡ ਦੇ ਵਿਚਕਾਰ ਖੂਹ ਸੀ, ਖੂਹ ਦੀ ਮਣ 'ਤੇ ਬੈਠ ਗਏ ਕਿਨਾਰੇ 'ਤੇ। ਪਿੰਡ ਪਤਾ ਲੱਗਦਾ ਗਿਆ, ਸੰਗਤ ਦਰਸ਼ਨ ਵਾਸਤੇ ਆਉਂਦੀ ਗਈ, ਦਰੀਆਂ ਚਾਦਰਾਂ ਵਿਛਦੀਆਂ ਗਈਆਂ, ਮਹਾਰਾਜ ਸੁਸ਼ੋਭਿਤ। ਭਾਈ ਮਰਦਾਨਾ ਜੀ ਦੇ ਘਰ ਪਤਾ ਲੱਗਿਆ, ਆ ਗਏ। ਵੱਡਾ ਬੇਟਾ ਸ਼ਾਹਜ਼ਾਦ, ਭਾਈ ਸ਼ਾਹਜ਼ਾਦ ਆਇਆ, ਮਹਾਰਾਜ ਦੇ ਚਰਨ ਛੂਹੇ, ਅਸੀਸ ਲਈ ਸੰਗਤ ਵਿੱਚ ਬੈਠਿਆ। ਥੋੜ੍ਹੀ ਦੇਰ ਬਾਅਦ ਸਾਥੀਆਂ ਨੂੰ ਪੁੱਛਣ ਲੱਗਿਆ, ਅੱਬਾ ਕਿੱਥੇ ਹੈ ਜੀ? ਕਿਸੇ ਨੂੰ ਪਤਾ ਨਹੀਂ ਸੀ। ਫਿਰ ਮਹਾਰਾਜ ਦੇ ਨਜ਼ਦੀਕ ਗਿਆ, ਜੀ ਬਾਬਾ ਜੀ ਅੱਬੂ ਕਿੱਥੇ ਹੈ ਜੀ?
ਅੱਬੂ ਕਿਵੇਂ ਆਈ? ਬਾਬੇ ਕਹਿਆ, ਸ਼ਾਹਜ਼ਾਦ ਪੁੱਤਰ, ਤੁਸਾਂ ਦੇ ਅੱਬੂ ਨਿੱਜ ਘਰ ਚਲੇ ਗਏ ਹਨ। ਫਿਰ ਘਰ ਸ਼ਬਦ ਆ ਗਿਆ, ਸ਼ਾਹਜ਼ਾਦ ਪੁੱਤਰ, ਤੁਸਾਂ ਦੇ ਅੱਬੂ ਨਿੱਜ ਘਰ ਚਲੇ ਗਏ ਹਨ। ਜਿਹੜੇ ਨਿੱਜ ਘਰ ਚਲੇ ਜਾਵਣ, ਤਿਨ੍ਹਾਂ ਦਾ ਸੋਗ ਨਹੀਂ ਕਰਨਾ। ਤਿਨ੍ਹਾਂ ਦੇ ਨਾਂ ਦਾ ਸਰੋਪਾ ਉਹ ਤੁਸਾਂ ਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੰਧ ਮਾਰ ਕੇ ਤਲਵੰਡੀ ਪੁੱਜਾ ਹਾਂ। ਦੱਸੋ ਪੁੱਤਰ, ਕੀ ਚਾਹੀਦਾ? ਦਿਆਂਗਾ। ਸ਼ਾਹਜ਼ਾਦ ਕਹਿਆ, ਬਾਬਾ, ਸਾਰੀ ਦੁਨੀਆ ਵਿੱਚ ਘੁੰਮਦੇ ਫਿਰਦੇ, ਤਾਲੀਮ ਵੰਡਦੇ ਰਹੇ, ਵਿੱਦਿਆ ਵੰਡਦੇ ਰਹੇ, ਤਲਵੰਡੀ ਪਿੰਡ ਤੁਸੀਂ ਰਹੇ ਹੀ ਨਹੀਂ। ਸੰਸਾਰ ਵਿਦਵਾਨ ਹੋ ਗਿਆ, ਅਕਲਵੰਦ ਹੋ ਗਿਆ। ਅਸੀਂ ਤਲਵੰਡੀ ਪਿੰਡ ਦੇ ਲੋਕ ਤੁਸਾਂ ਦੀ ਗੈਰ ਹਾਜ਼ਰੀ ਵਿੱਚ ਅਨਪੜ੍ਹ ਦੇ ਅਨਪੜ੍ਹ, ਜਾਹਲ ਦੇ ਜਾਹਲ। ਅਸਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ ਪਾਸੋਂ ਮੰਗੀ ਦਾ ਕੀ ਹੁੰਦਾ। ਵਾਹ ਵਾਹ! ਬਾਬੇ ਕਹਿਆ, ਤਾਂ ਵੀ ਅਸਾਂ ਦਾ ਵੀ ਫੈਸਲਾ ਹੈ ਸ਼ਾਹਜ਼ਾਦ ਪੁੱਤਰ, ਤੁਸਾਂ ਦੇ ਅੱਬੂ ਨੂੰ ਖਾਲੀ ਨਹੀਂ ਜਾਣ ਦਿੱਤਾ, ਤੁਸਾਂ ਨੂੰ ਖਾਲੀ ਨਹੀਂ ਰਹਿਣ ਦੇਣਾ। ਸ਼ਾਹਜ਼ਾਦ ਕਹਿਆ, ਜੇ ਮਿਹਰਬਾਨ ਹੋਏ ਹੋ ਬਾਬਾ, ਫਿਰ ਉਹ ਦੇ ਉਹਨਾਂ ਜੋ ਅੱਬੂ ਨੂੰ ਦਿੱਤਾ ਸਾਈ। ਕੀ ਮੰਗਿਆ ਸੀ? ਇਹ ਨਹੀਂ ਪੁੱਛਿਆ। ਕੀ ਦਿੱਤਾ ਸੀ? ਇਹ ਨਹੀਂ ਪੁੱਛਿਆ। ਵੱਡਿਆਂ ਨੇ ਵੱਡਿਆਂ ਨੂੰ ਛੋਟੀ ਚੀਜ਼ ਥੋੜ੍ਹਾ ਦਿੱਤੀ ਹੈ। ਬਸ ਇੰਨਾ ਪਤਾ ਹੈ ਕਿ ਮਹਾਂਪੁਰਖ ਨੇ ਬਹੁਤ ਵੱਡੇ, ਜਿਹੜੀ ਵੱਡੀ ਚੀਜ਼ ਭਾਈ ਮਰਦਾਨਾ ਜੀ ਨੂੰ ਦਿੱਤੀ, ਉਹ ਜੇ ਸਾਨੂੰ ਮਿਲ ਜੇ, ਹੋਰ ਕੀ ਚਾਹੀਦਾ? ਫਿਰ ਉਹ ਦੇ ਉਹਨਾਂ ਜੋ ਅੱਬੂ ਨੂੰ ਦਿੱਤਾ ਸਾਈ। ਉਠਾ ਕੇ ਰਬਾਬ ਭਾਈ ਸ਼ਾਹਜ਼ਾਦ ਦੇ ਹੱਥਾਂ 'ਚ ਰੱਖੀ। ਕੀਰਤਨ ਸ਼ੁਰੂ ਹੋਇਆ। ਸਾਖੀਕਾਰ ਦਾ ਬੋਲ ਹੈ, ਭਾਈ ਮਰਦਾਨਾ ਜੀ ਦੀ ਯਾਦ ਵਿੱਚ ਤਲਵੰਡੀ ਪਿੰਡ ਦੇ ਵਾਸੀਆਂ ਨੇ ਕੀਰਤਨ ਦੇ ਦਰਿਆ ਅੰਦਰ ਦੇਰ ਤੱਕ ਤੀਰਥ ਇਸ਼ਨਾਨ ਕੀਤਾ। ਰਿਪੀਟ ਦਾ ਸੈਂਟੈਂਸ, ਭਾਈ ਮਰਦਾਨਾ ਜੀ ਦੀ ਯਾਦ ਵਿੱਚ ਕੀਰਤਨ ਦੇ ਦਰਿਆ ਅੰਦਰ ਤਲਵੰਡੀ ਪਿੰਡ ਦੇ ਵਾਸੀਆਂ ਨੇ ਦੇਰ ਤੱਕ ਤੀਰਥ ਇਸ਼ਨਾਨ ਕੀਤਾ। ਸਾਖੀਕਾਰ ਭਾਈ ਸ਼ਾਹਜ਼ਾਦ ਜੀ ਦੇ ਵਿਹਾਰ ਤੋਂ ਇੰਨਾ ਪ੍ਰਸੰਨ ਕਿ ਦੋ ਵਾਕ ਲਿਖੇ ਨੇ। ਪਹਿਲਾ ਵਾਕ, ਕਰਮ ਕਾ ਬਲੀ ਭਾਈ ਸ਼ਾਹਜ਼ਾਦ, ਫੁੱਲ ਸਟਾਪ। ਸਾਡਾ ਪਿਆਰਾ ਸ਼ਾਹਜ਼ਾਦਾ ਭਾਈ ਸ਼ਾਹਜ਼ਾਦ ਖਾਨ, ਫੁੱਲ ਸਟਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।